ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਪਫੁਲੀ ਤੁਸੀਂ ਸਾਰੇ ਆਰਾਮ ਨਾਲ ਬੈਠ ਕੇ ਐਂਡ ਵੋਟ ਕਰਕੇ ਆਏ ਹੋ ਕਿ ਨਹੀਂ ਅੱਜ ਮੈਂ ਵੋਟ ਕਰਨ ਜਾਣਾ ਹੈ ਸੋ ਤੁਸੀਂ ਵੀ ਸਾਰੇ ਹੋਪਫੁਲੀ ਕਰ ਚੁੱਕੇ ਹੋਣੇ ਹੋ ਨਹੀਂ ਤਾਂ ਕਰ ਲਓ ਥੋੜ੍ਹਾ ਟਾਈਮ ਰਹਿ ਗਿਆ ਸੋ ਬਹੁਤ ਇੰਪੋਰਟੈਂਟ ਪਰ ਕਰਿਓ ਜ਼ਰੂਰ ਜਿਸ ਤਰ੍ਹਾਂ ਮਰਜ਼ੀ ਭਾਵੇਂ ਤੁਸੀਂ ਐਬਸੈਂਟ ਬੈਲਟ 'ਤੇ ਕਰ ਰਹੇ ਹੋ ਜਾ ਕੇ ਕਰ ਰਹੇ ਹੋ ਜਿਸ ਤਰ੍ਹਾਂ ਵੀ ਬਟ ਕਰਨੀ ਜ਼ਰੂਰ ਹੈ ਐਂਡ ਅੱਜ ਦੀ ਗੱਲ ਯਾ ਜਿਸ ਇੱਕ ਯੰਗ ਮੁੰਡੇ ਨੇ ਸਾਨੂੰ ਲਿਖਿਆ ਵਿਚ ਵਾਜ਼ ਸਰਪ੍ਰਾਈਜ਼ ਟੂ ਮੀ ਮੈਂ ਹਮੇਸ਼ਾ ਪਤਾ ਨਹੀਂ ਕਿਉਂ ਮੈਨੂੰ ਫੀਡਬੈਕ ਜਿਸ ਤਰ੍ਹਾਂ ਮਿਲਦੀ ਹੈ ਮੈਨੂੰ ਲੱਗਦਾ ਕਿ ਯੰਗ ਕੁੜੀਆਂ ਸਾਡਾ ਜ਼ਿਆਦਾ ਦੇਖ ਰਹੀਆਂ ਨੇ ਪਰ ਮੁੰਡਿਆਂ ਨੂੰ ਵੀ ਪਤਾ ਹੈ ਕਿ ਇਹ ਇੱਕ ਸ਼ੋਅ ਹੈ ਜਿੱਥੇ ਇੱਕ ਫੋਰਮ ਬਣਿਆ ਹੋਇਆ ਹੈ ਔਰ ਆਪਣੀ ਗੱਲ ਕੋਈ ਵੀ ਕਹਿ ਸਕਦੇ ਹਾਂ ਸੋ ਆਈ ਐਮ ਰੀਅਲੀ ਗਲੈਡ ਕਿ ਇਹ ਸਾਰਾ ਤੁਹਾਡੇ ਸਾਰਿਆਂ ਦੇ ਕਰਕੇ ਹੈ ਕਿ ਇੰਨਾ ਟਰੱਸਟ ਇਸ ਫੋਰਮ ਦੇ ਉੱਤੇ ਬਣ ਗਿਆ ਸੋ ਜੋ ਆਪਣੀ ਸ਼ੇਅਰ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ ਪੰਜਾਬੀ ਫੈਮਿਲੀ ਹੈ ਕਹਿੰਦੇ ਕਿ ਬੜੀ ਮੇਰੇ ਪਿਓ ਨੇ ਇੱਥੇ ਆ ਕੇ ਬਹੁਤ ਮਿਹਨਤ ਕੀਤੀ ਹੈ ਅਸੀਂ ਬੜੇ ਅੱਛੇ ਵੈਲ ਟੂ ਡੂ ਹੈਗੇ ਹਾਂ ਇੱਥੇ ਪੇਰੈਂਟਸ ਜ਼ਿਆਦਾ ਪੜ੍ਹੇ ਨਹੀਂ ਹੋਏ ਮਦਰ ਸ਼ਾਇਦ ਬਿਲਕੁਲ ਨਹੀਂ ਪੜ੍ਹੇ ਔਰ ਫਾਦਰ ਸਕੂਲ ਵਗੈਰਾ ਸ਼ੁਰੂਆਤ 'ਚ ਗਏ ਨੇ ਬਹੁਤ ਅੱਛਾ ਬਿਜ਼ਨਸ ਕਰ ਰਹੇ ਨੇ ਪਰ ਕਾਲਜ ਵਗੈਰਾ ਨਹੀਂ ਗਏ ਇਹਨਾਂ ਦਾ ਵਿਆਹ ਹੋਇਆ ਹੈ ਪਿਛਲੇ 3 ਸਾਲ ਹੋ ਗਏ ਔਰ ਕਹਿੰਦੇ ਕਿ ਅਸੀਂ 5 ਸਾਲ ਇਕੱਠੇ ਸੀਗੇ ਯੂ ਨੋ ਜਿਨ੍ਹਾਂ ਨਾਲ ਵਿਆਹ ਹੋਇਆ ਬਟ ਉਹ ਸਾਡੇ ਧਰਮ ਦੇ ਨਹੀਂ ਹੈ ਇੰਡੀਆ ਦੇ ਹੀ ਹੈ ਕੁੜੀ ਜਿਹੜੀ ਹੈ ਇੰਡੀਆ ਦੀ ਹੈ ਬਟ ਕ੍ਰਿਸਚਨ ਹੈ ਔਰ ਕੋਈ ਐਸੇ ਡਿਫਰੈਂਟ ਸਟੇਟ ਤੋਂ ਹੈ ਜਿਹੜੀ ਕਿ ਇਹਨਾਂ ਦੇ ਨੇੜੇ ਦੇ ਨਹੀਂ ਹੈ ਸੋ ਕਹਿ ਰਹੇ ਕਿ ਜਦੋਂ ਮੈਂ ਕਰਨਾ ਚਾਹੁੰਦਾ ਸੀ ਮੈਂ ਘਰ ਗੱਲ ਕੀਤੀ ਅਤੇ ਬਹੁਤ ਓਪੋਜੀਸ਼ਨ ਮਿਲੀ ਬਹੁਤ ਇਹੀ ਸੀ ਕੁੜੀ ਵੱਲੋਂ ਜ਼ਿਆਦਾ ਨਹੀਂ ਮਿਲੀ ਕੁੜੀ ਦੀ ਫੈਮਿਲੀ ਵੱਲੋਂ ਜ਼ਿਆਦਾ ਨਹੀਂ ਮਿਲੀ ਕਿਉਂਕਿ ਅਸੀਂ ਜਦੋਂ 5 ਸਾਲ ਮਿਲਦੇ ਸੀ ਤਾਂ ਵੀ ਮੈਂ ਬਹੁਤ ਕੁੜੀ ਦੇ ਘਰ ਕੁੜੀ ਦੀ ਮਦਰ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਮੈਂ ਕਲੋਜ਼ ਹੋ ਗਿਆ ਸੀ ਪਰ ਮੇਰੀ ਫੈਮਿਲੀ ਕਾਫੀ ਕੰਜ਼ਰਵੇਟਿਵ ਹੈ ਔਰ ਅਨਫੋਰਚੁਨੇਟਲੀ ਇਹ ਇੱਕ ਬ੍ਰਦਰ ਇੱਕ ਸਿਸਟਰ ਨੇ ਔਰ ਸਿਸਟਰ ਜਿਹੜੀ ਹੈ ਉਹ ਵੱਡੀ ਹੈ ਔਰ ਕਹਿੰਦੇ ਕਿ ਉਹ ਬੜੀ ਅਪੋਜ਼ ਕਰ ਰਹੀ ਸੀ ਕਿ ਨਹੀਂ ਸਾਡੇ ਨਹੀਂ ਕੁਛ ਮੈਚ ਨਹੀਂ ਬਣਦਾ ਸਾਡੀ ਕਲਚਰ ਦੀ ਨਹੀਂ ਹੈ ਸਾਡੇ ਮਜ਼ਹਬ ਦੀ ਨਹੀਂ ਹੈ ਸੋ ਕਹਿੰਦੇ ਕਿ ਮੈਨੂੰ ਸੀਗਾ ਕਿ ਉਹਦਾ ਸਾਥ ਮਿਲੇਗਾ ਭੈਣਾਂ ਦਾ ਸਾਥ ਮਿਲਦਾ ਹੁੰਦਾ ਪਰ ਉਹਦਾ ਸਾਥ ਮਿਲਣ ਨਾਲੋਂ ਓਪੋਜੀਸ਼ਨ ਜ਼ਿਆਦਾ ਮਿਲੀ ਐਂਡ ਫਿਰ ਉਹ ਵੱਡੀ ਹੈਗੀ ਉਹਦਾ ਵਿਆਹ ਹੋ ਗਿਆ ਉਸੀ ਪੀਰੀਅਡ 'ਚ ਅਤੇ ਜਿਹੜਾ ਹਸਬੈਂਡ ਸੀਗਾ ਉਹਨਾਂ ਦਾ ਵੀ ਬਹੁਤ ਓਪੋਜੀਸ਼ਨ ਮਿਲੀ ਕਿ ਨਹੀਂ ਇਹ ਨਹੀਂ ਠੀਕ ਤੁਹਾਡੇ ਵਾਸਤੇ ਪਰ ਹੀ ਸੇਜ਼ ਕਿ ਮੇਰਾ ਕਾਫੀ ਜਿਵੇਂ ਜਿਵੇਂ ਟਾਈਮ ਹੁੰਦਾ ਗਿਆ ਮੈਂ ਬੜੀ ਵਾਰੀ ਜ਼ਿਕਰ ਕੀਤਾ ਘਰ ਦੇ ਵਿੱਚ ਜਦੋਂ ਵੀ ਗੱਲ ਕਰਦਾ ਸੀ ਓਪੋਜੀਸ਼ਨ ਹੀ ਮਿਲਦੀ ਸੀ ਸੋ ਫਿਰ ਫਾਈਨਲੀ ਮੈਨੂੰ ਲੱਗਿਆ ਕਿ ਮੈਂ ਇਹੀ ਕਰਨਾ ਹੈ ਅਤੇ ਫਿਰ ਕੋਈ ਫਰਕ ਨਹੀਂ ਹੈ ਸੋ ਮੈਂ ਫਾਈਨਲ ਉਹਨਾਂ ਨੂੰ ਦੱਸਿਆ ਕਿ ਮੈਂ ਵਿਆਹ ਕਰਨਾ ਹੀ ਕਰਨਾ ਔਰ ਅਗਰ ਤੁਹਾਨੂੰ ਨਹੀਂ ਇਹ ਮਨਜ਼ੂਰੀ ਮੈਨੂੰ ਬਹੁਤ ਅੱਛਾ ਲੱਗਿਆ ਅਗਰ ਤੁਸੀਂ ਹੋਵੋਗੇ ਉੱਥੇ ਪਰ ਅਗਰ ਨਹੀਂ ਤਾਂ ਆਈ ਐਮ ਸੋਰੀ ਆਈ ਐਮ ਗੋਇੰਗ ਅਹੈਡ ਸੋ ਕਹਿੰਦੇ ਕਿ ਫਿਰ ਬੇਦਿਲੇ ਪਰ ਉਹ ਸਾਰੇ ਸ਼ਾਮਿਲ ਹੋ ਗਏ ਅਤੇ ਅਸੀਂ ਕੋਰਟ ਮੈਰਿਜ ਕਰਾਈ ਔਰ ਪਲਾਨ ਇਹੀ ਸੀਗਾ ਕਿ ਬਾਅਦ ਵਿੱਚ ਬਹੁਤ ਅੱਛਾ ਫੰਕਸ਼ਨ ਕਰਾਂਗੇ ਪੂਰੀ ਤਰ੍ਹਾਂ ਦੂਸਰੀ ਤਰ੍ਹਾਂ ਵਿਆਹ ਕਰਾਂਗੇ ਪਰ ਸਮਹਾਓ ਜੋ ਇੱਕ ਐਟੀਟਿਊਡ ਮਿਲਿਆ ਮੇਰੀ ਫੈਮਿਲੀ ਤੋਂ ਮੇਰੀ ਵਾਈਫ ਨੂੰ ਉਹਨੇ ਕਦੀ ਉਹ ਮਾਹੌਲ ਹੀ ਨਹੀਂ ਬਣਾਇਆ ਕਿ ਇੱਕ ਅੱਛੀ ਤਰ੍ਹਾਂ ਯੂ ਨੋ ਕਲਚਰਲ ਮੈਰਿਜ ਵੀ ਹੋਏ ਸੋ ਸਾਨੂੰ ਫਰਕ ਨਹੀਂ ਪਿਆ ਅਸੀਂ ਕਿਹਾ ਠੀਕ ਹੈ ਇਹ ਤਾਂ ਠੀਕ ਹੈ ਅਸੀਂ ਵੀ ਆਰ ਮੈਰਿਡ ਬਟ ਬੀਇੰਗ ਦਾ ਓਨਲੀ ਸਨ ਐਂਡ ਫਿਰ ਮੇਰੇ ਮਦਰ ਥੋੜ੍ਹੇ ਢਿੱਲੇ ਰਹਿਣ ਲੱਗ ਗਏ ਸੋ ਇੰਝ ਹੋਇਆ ਕਿ ਅਸੀਂ ਇਕੱਠੇ ਰਹਿਣ ਲੱਗ ਗਏ ਪਹਿਲੇ ਅਲੱਗ ਰਹਿੰਦੇ ਸੀ ਬਟ ਦੈਨ ਇਕੱਠੇ ਰਹਿਣ ਲੱਗ ਗਏ ਹੁਣ ਆਲਮੋਸਟ 3 ਸਾਲ ਹੋ ਗਏ ਨੇ ਵਿਆਹ ਨੂੰ ਪਰ ਸਮਹਾਓ ਕਹਿੰਦੇ ਕਿ ਮੈਂ ਜਿੰਨੇ ਵੀ ਇੰਨੇ ਬੰਦਿਆਂ ਨੂੰ ਜਾਣਦਾ ਕਿ ਮੇਰੀ ਵਾਈਫ ਇਸ ਪਿੱਛੇ ਨਹੀਂ ਕਿ ਮੇਰੀ ਵਾਈਫ ਹੈ ਬਟ ਮੇਰੀ ਵਾਈਫ ਬਹੁਤ ਹੀ ਅੱਛੇ ਦਿਲ ਦੀ ਹੈ ਵੈਰੀ ਗੁੱਡ ਐਟ ਹਾਰਟ ਸੋ ਕੋਈ ਕਿਸੇ ਨਾਲ ਉਹਨੂੰ ਐਨਮੋਸਟਰੀ ਨਹੀਂ ਹੈ ਕਿਸੇ ਦਾ ਗਿਲਾ ਸ਼ਿਕਵਾ ਨਹੀਂ ਕਰਦੀ ਕਿ ਮੈਨੂੰ ਇੰਝ ਕਿਉਂ ਹੈ ਇੰਝ ਕਿਉਂ ਹੈ ਕੋਈ ਕਿਸੇ ਦੀ ਬੁਰਾਈ ਨਹੀਂ ਕਰਦੀ ਮੈਂ ਇੰਨੀ ਦੇਰ ਤੋਂ ਉਹਨੂੰ ਜਾਣਦਾ ਉਹਨੂੰ ਕਿਸੇ ਨਾਲ ਵੈਰ ਵਿਰੋਧ ਕੁਛ ਨਹੀਂ ਹੁੰਦਾ ਔਰ ਕੋਈ ਜੈਲਸੀ ਕੋਈ ਕੁਛ ਨਹੀਂ ਹੈ ਪਰ ਸਮਹਾਓ ਉਹਨੂੰ ਫੇਸ ਬੜੀ ਕਰਨੀ ਪੈ ਰਹੀ ਹੈ ਜਿਹੜੀ ਕਿ ਪਰੇਸ਼ਾਨੀ ਹੈ ਕਿ ਉਹਨੂੰ ਕਈ ਵਾਰੀ ਸਮਝ ਵੀ ਨਹੀਂ ਆਉਂਦੀ ਕਿ ਉਹ ਕੀ ਫੇਸ ਕਰ ਰਹੀ ਹੈ ਬਿਕੋਜ਼ ਸ਼ੀ ਇਜ਼ ਨੋਟ ਫਮਿਲੀਅਰ ਵਿਦ ਦੋਜ਼ ਇਮੋਸ਼ਨਸ
सिस्टर बहुत जेलसी करती है और पेरेंट्स बहुत ज़्यादा अपोज कर देने मन गए ने कि हाँ कल्ला पुत्तर है नाल रह रहे हैं यू नो लोड दे साथ नाल सब कट्ठे हैं और करण वेले बारों लगता है इंज प्यार भी करते ने पर समहाओ मेरी वाइफ नू भी समझ नहीं आता कि चीज़ उन्होंने ट्रिगर कर देंदी है और उन्होंने इन्ना उन्हें मेरी वाइफ ते गुस्सा आ जाता है और वो बड़ी डिफरेंट डिफरेंट तरीके नाल निकलता है फिर और उन्हों मेरी वाइफ नू समझ भी नहीं आती कि मैं उन्हें गलती की कीती है क्योंकि कल्चर च काफ़ी डिफरेंस है बड़ी वो फ्री तरह का एक इंडिपेंडेंट घर तो हैगी है सो किस तरह एक कल्चरली उन्हों नहीं समझ आती कि अगर प्रोणा आया है जिमें कि मेरे ब्रदर इन लॉ आए हैं घर तो उन्होंने दे किस तरह उन्होंने पूछना है तो की करना है सो लेटेस्ट जिहड़ा होया कि इन्नी वड्डी गल बना ली मेरे पेरेंट्स ने भी मेरी सिस्टर ने भी कि इन्हें कितने जाना सी ते ओ ब्रदर इन लॉ घर आए ने ते उन्होंने बस चाह पानी मामूली जी पूछ के कहता कि मैं जा रही हाँ तो मैं होके आँदी हाँ और जाने वाला भी कोई जॉब वगैरह तो नहीं जा रही सी कितने मिलन जा रही सी तो उन्होंने हिसाब नाल कि रुक क्यों नहीं सकती सी आओ भगत पूरी नहीं की इन्हें और ये इन्ना की इंपॉर्टेंस सी जरा फिर भी चली गई पर वो इन्नी छोटी जी गल उन्होंने इन्ना वड्डा बनाया और बनाया भी दो हफ्तों बाद पहले किसी ना किसी होर गल दे उत्ते गुस्सा करते रहे जिवें अंदरों खिजे होंदे हैं और कुछ समझ नहीं आ रही सी ये मैनू कह भी नहीं रही सी पर रोई जा रही सी कि पता नहीं मैनू की होया एंड द वर्स्ट इज़ कि नाउ शी इज़ प्रेगनेंट सो आई मीन इट्स वेरी गुड साढ़े वास्ते सब तो खुशी की गल है कि वह प्रैगनेंट है पर यह माहौल वो वास्ते अच्छा नहीं लग रहा पर मैं बहुत ही परेशान होया हो कि मैं अपनी वोटी नू जिहड़ी कि यह सारा कुछ फेस कर रही है और उन्हों लैके बाहर चला जा या फिर क्योंकि मेरी मदर बीमार है मैं ही कल्ला कर रवान तो जे कर रहा तो यह हर वेले का मैनू नहीं लगता कि वो वास्ते अच्छा है सो मैं बड़ा परेशान होया कि किस तरह ना इस सिचुएशन नू हैंडल करा सो उदे ते असर होएगा ही मैनू लग रहा है मेरे ते ज़्यादा असर हो रहा है क्योंकि मेरी ऑफिस विच काम नहीं करन ते बिल्कुल दिल कर रहा मेरी परफॉर्मेंस मेरे टारगेट्स मीट नहीं हो रहे एंड मैं बहुत ही प्यार करदा मैं उन्हों बहुत पैशन है अपने जो भी काम करदा मैं बहुत अच्छा लगता है पर आजकल मैं किसी चीज़ रुचि ही नहीं हो रही और जबकि मैं शायद एक्सपेक्टेशन ये सी कि जदों एक खबर मिलेगी कि यू नो वी आर गोइंग टू हैव अ बेबी सारे साड़ी सपोर्ट करनगे बहुत प्यार करनगे और मैनू भी एक बड़ा यू नो चाह होएगा और एक डिफरेंट जी साड़ी क्योंकि असी वेट कर रहे सी इस चीज़ की पर हुण जदों होया है तो कहने कि मैनू लग रहा कि आई एम डिप्रैसड कि हाउ टू हैंडल दिस अ प्रैगनेंट वाइफ एंड अ सिक मॉम एंड तीनों जने जड़े है घर दे एंड ऑलसो सिस्टर एंड ब्रदर इन लॉ जड़े बहुत दूर नहीं रहते और काफ़ी उन्हों का हैगा इंटरफ्रेंस घर विच बहुत दखलअंदाजी करते ने कुछ ना कुछ यू नो कहते रहते हैं या उन्हों करके चुक इंज देते हैं कि सानू बतेरी डांट पैंदी है सो इंज लग रहा है कि किस तरह बैलेंस करा सारे अपने अपनी जगह ठीक होने हैं बट समहाओ मैं परेशान हाँ प्लीज़ मैनू गाइड करो कि तुसी सारे जड़े बड़े एक्सपीरियंसड हैगे हो मैनू इस वेले की करना चाहिए आई थिंक सारे जरूर कॉल करो आई अंडरस्टैंड कि सिचुएशन इस वेले उन्होंने औखी लग रही है इट्स नॉट वेरी अनकॉमन कि डॉटर इन लॉ या पेरेंट्स इन लॉ दे विच एक टसल इत्थे ते कल्चर डिफरेंस बहुत है सो यू नो एक समझन दा एक दूजे नू शायद कोशिश नहीं हो रही स्पेशली पेरेंट्स वालों पर ये सिचुएशन अनफॉर्चुनेटली काफ़ी कॉमन है कि किसी ना किसी रीज़न करके ये दो ग्रुप्स जड़े हैं यू नो पेरेंट्स इन लॉ एंड वाइफ वो एक विच बेचारा जड़ा बंदा है जड़ा दोनों नाल कनेक्टेड है वो पिस जाता है सो कुछ उसी तरह की गल लग रही है एंड आई थिंक इंटर रिलीजियस मैरिज है इंटरफेथ मैरिज है होनी चाहिए है या नहीं होनी चाहिए वो मेरी रिक्वेस्ट है कि इस सवाल का सानू कोई इस वेले यू नो नाता नहीं है इस वेले क्योंकि वो किसी होर वेले वास्ते असी डिस्कशन रख सकते हैं बट पॉइंट इज़ कि इस वेले व्याह होया होया है भावें ऑपोजिशन हुई और फिर पेरेंट्स मन गए पर इस वेले होया होया है किस तरह ये निभ सकता है और इंटेंशन सब दियाँ अच्छी हैं एवरीबडी वॉन्ट्स टू बी
यू नो हेल्पफुल टू ईच अदर, पर समहाउ जिहड़ी बार आउटकम है ओह वधिया नहीं है, एक दूजे ते अनॉयंस है, खिज रहे हैं। सो की तुसी कहंदे हो, जरूर कॉल करके मैनू दसो और इन्हां नू भी दसो, क्योंकि आई एम अगेन थैंकफुल कि इन्हां ने सानू पुछया। लेट मी टेक अ शॉर्ट ब्रेक, यू डोंट गो एनीवेयर, रादर तुसी सारे कॉल करो। सारे दा फिर स्वागत है। गल हो रही है इस नौजवान मुंडा मैं कहंगी, क्योंकि ही इज जस्ट गोइंग टू बी अ डैड। कंग्रेचुलेशंस फर्स्ट ऑफ ऑल। एंड एक बड़ी एज ओल्ड सिचुएशन है जिथे बंदा फस जाता है पेरेंट्स एंड वाइफ दे विच, बट दो डिफरेंट घरां तो आते हैं, बेस्ट इंटेंशंस मोस्ट ऑफ द टाइम, यू नो तुसी प्यार भी करते हो, सब कुछ करते हो, पर कोई तौर तरीके, और इस पर्टिकुलर सिचुएशन ते कल्चर डिफरेंस है। कल्चर डिफरेंस नाल की है कि ठीक है इंडियन है, बट डिफरेंट स्टेट्स दे विच भी रहना, एक जिहड़ा सुभाव है, यू नो तुसी किस तरह जमे पले हो, वो फर्क पैंदा। भावें ये दोनों जिहड़े ने, वाइफ इत्थे दी है, मुंडा बड़ा छोटे काफ़ी देर तो आया होया है, पर पेरेंट्स का बहुत फर्क पैंदा कि किस तरह तुसी पेरेंट्स दे। सो कुड़ी दे पेरेंट्स जिहड़े हैं जिस स्टेट तो हैं, प्रॉब्ली क्लोज टू गोवा, वो बड़ा डिफरेंट कल्चर है कि एक ओपननेस हैगी है। वो कहिंदा कि बहुत नाइस फैमिली है, बड़ी स्पिरिचुअल है, बहुत यू नो रब नू मनदे ने, गॉड फियरिंग ने, थोड़ी जी वियर्ड है बट है बड़ी नाइस। सो ओदा एक्सप्लेनेशन है कि मेरी वाइफ की फैमिली किवें है, बट अपनी जिहड़ी फैमिली है पंजाबी ने, देसी ने, अपनी यू नो बहुत हाई एजुकेशन तो नहीं, बट जो भी अपना अच्छा गुजारा इत्थे आके मेहनत नाल कीता है। सो एक टिपिकल यू नो मिडिल क्लास फैमिली, बट डिफरेंसेस जिहड़े हैगे हैं कि मदर इत्थे नहीं पढ़े और वो जिहड़ी कि मैं कि किस गल तो औखे होंदे हैं कि छोटिया छोटिया गल्लां तो, वो पाण लाण तो उन्हूं काफ़ी पता है कि हाँ इन्हों सूटां दा ही ज़्यादा है, उन्हूं काफ़ी बारी कोशिश करती, पर आम तौर पर वह ध्यान भी नहीं जाता। शी वेयर शॉर्ट्स, शी वेयर एवरीथिंग, सारा कुछ पाँदी, उस गल तो कितने भड़क जाएंगे, कोई आया होया है, या फिर कोई एक फैमिली है जिवें दस रहे ने कि वो बड़ी प्रोग्रेसिव है, इन्हों रिलेटिव ही नहीं है, मुंडे वालों के रिलेटिव है, पर कभी भी जो गेट टूगेदर होंगी इकट्ठे होंगे हैं तो कहिंदे कि उन्हां दी मेरी वाइफ नाल बड़ी बनती है, वो जाके उन्हां नाल ही खड़ी होएगी, गल्लां मार रही होएगी, इन्हां नूं गुस्सा चढ़दा क्योंकि इन्हां दी उन्हां नाल बनती नहीं। सो मतलब छोटिया छोटिया जिहियां गल्लां, पर ओवरऑल वो परेशान कर रही हैं क्योंकि विचों विचों वो गुस्सा कितों कितों निकलता ही रहिंदा। लैट्स सी सारे की कह रहे ने, की सलाह दे रहे ने इन्हां नूं। हैलो, हाँ जी, सत श्री अकाल सुरिंदर जी। पर जो कहते सिस्टर घर आंदे ने ते ओ बाहर चले गए, पर थोड़ा जिहा सोचना चाहिए अगर घर कोई भी आ रहा है ना ते थोड़ी देर लई ओहदे कोल बैठे जा, उहनां नाल गल्लां करे, फिर कोई बहुत इंपोर्टेंट काम है तां मान लिया बाहर चले गए या कोई गल नहीं, पर जे कोई काम नहीं हैगा ते फिर दूसरे बंदे नूं माइंड तां होएगा जरूर कि मैं घर आई ते बाहर चली। सुरिंदर जी किहड़ियां गल्लां समझाओगे, इक लिस्ट बना के दोगे भी तू इंज कर सकदी है, इन्नी कर सकदी? घर विच हर किसी दे इदां चलदा हुंदा कि मेरे घर विच की चल रहा मैनूं भी पता है, अगर किसी होर फैमिली दे विच चल रहा ओहनूं भी पता है। एनी छोटी दा बच्चे नहीं होएगी कि ओहनूं रिश्तिआं बारे नहीं पता। हां जी ऑफ कोर्स, है ना, कोई भी बंदा अगर इहनूं ओहदे बाहर वाले नाल बनदी है, घर वालिआं नाल क्यों नहीं बनदी? डायरेक्टली कहंदे नहीं, ओ होर होर गल्लां ते निकलदा रहिंदा ते फिर ओ खिजी जाणगे, यू नो उहनां ते वी मेरे ते वी। मैनूं इदां लगदा है कि पेरेंट्स नूं तां बिठा के कह देना चाहीदा कि इस तरह नहीं करना चाहीदा, कोई भी गल अगर ਗਲਤ ਸਹਿਮੀਆਂ ਹੋ ਜਾਂਦੀਆਂ ਨੇ ਅਗਰ ਉਹਨੂੰ ਬੈਠ ਕੇ ਕਰ ਲਓ ਤਾਂ ਫਿਰ ਸਹੀ ਵੀ ਹੋ ਸਕਦੀ ਹੈ, ਇੰਨੀ ਕੋਈ ਵੱਡੀ ਗੱਲ ਨਹੀਂ ਹੁੰਦੀ। ਠੀਕ ਹੈ ਕਿਉਂਕਿ ਗੱਲ ਖੁੱਲ ਕੇ ਦੱਸਾਂਗੇ ਤਾਂ ਹੀ ਕਿਸੇ ਨੂੰ ਪਤਾ ਚੱਲੇਗਾ ਨਾ ਘਰ ਚ ਕੀ ਚੱਲ ਰਿਹਾ। ਹੂੰ ਹੂੰ ਹੂੰ, ਹੈ ਨਾ, ਗੱਲ ਕਰ ਲੈਣੀ ਮੱਚ ਬੈਟਰ ਹੈ ਕਿਉਂਕਿ ਕਿਸੇ ਲਈ ਵੀ ਪ੍ਰੋਬਲਮ ਨਹੀਂ ਆਏਗੀ ਅਗਰ ਬਹਿ ਕੇ ਗੱਲ ਕਰ ਲੈਣ ਤਾਂ। ਜੀ ਜੀ
ਠੀਕ ਹੈ ਸੁਰਿੰਦਰ ਜੀ, ਦੇਖਦੇ ਹਾਂ ਹੋਰ ਸਾਰੇ ਕੀ ਕਹਿ ਰਹੇ ਨੇ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ ਹੈਲੋ। ਹਾਂਜੀ ਅਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਪਾਲ ਸਿੰਘ ਬੋਲ ਰਿਹਾ ਤੋਂ ਕੈਲੀਫੋਰਨੀਆ। ਜੀ ਜੀ, ਸਵਾਗਤ ਹੈ ਪਾਲ ਸਿੰਘ ਜੀ, ਦੱਸੋ। ਦੇਖੋ ਜੀ, ਮੈਂ ਇਹ ਕਹਾਂਗਾ, ਮੈਂ ਸੀਨੀਅਰ ਹੈਗਾ 70 ਪਲੱਸ ਜੀ, ਤੇ ਇਸ ਕਰਕੇ ਜਿਹੜਾ ਨਾ ਇਸ ਨਜ਼ਰੀਏ ਤੇ ਮੈਂ ਉਹ ਕਬੀਰ ਸਾਹਿਬ ਜੀ ਦਾ ਇੱਕ ਦੋਹਾ ਹੈਗਾ, ਚਲਤੀ ਚੱਕੀ ਦੇਖ ਕੇ ਦੇਖ ਲਿਆ ਕਬੀਰਾ ਰੋਏ, ਇਨ ਦੋ ਪਾਟਣ ਕੇ ਬੀਚ ਮੇ ਸਾਬਤ ਬਚਾ ਨਾ ਕੋਈ। ਮੈਂ ਨਾ ਆਪਣੇ ਜਵਾਨੀ ਵੇਲੇ ਉਹ ਇੱਕ ਕਹਿੰਦਾ ਹੁੰਦਾ ਸਾ, ਚਲਤੀ ਚੱਕੀ ਦੇਖ ਕੇ ਇਹ ਮੀਆਂ ਦੀਆ ਰੋਏ, ਇਹ ਦੋ ਸਾਸ ਅਰ ਬਹੂ ਕੇ ਝਗੜੇ ਮੇ ਕੈਸੇ ਬਚਾ। ਜਿਹੜੇ ਉਹਨੇ ਉੱਥੇ ਇੰਡੀਆ ਦੇ ਵਿੱਚ ਵੀ ਇਹਦੀ ਜਿਹੜੀ ਪੋਜੈਸਿਵਨੈਸ ਹੈ ਨਾ ਉਹ ਬਦਲ ਚੁੱਕੀ ਹੈ, ਤੇ ਜਿਹੜੀ ਸਾਡੀ ਜੋ ਪੋਜੈਸਿਵਨੈਸ ਹੈ ਨਾ ਜੀ, ਅਸੀਂ ਨਹੀਂ ਜੀ ਇਸ ਤਰ੍ਹਾਂ ਹੋਣਾ ਚਾਹੀਦਾ। ਜੇ ਆ ਰਹੀ ਹੈ, ਜੇ ਉਹਦਾ ਨਹੀਂ ਮੂਡ ਬਣਦਾ, ਤੁਸੀਂ ਉਹਨੂੰ ਜ਼ਬਰਦਸਤੀ ਤੇ ਨਹੀਂ ਨਾ ਕਰ ਸਕਦੇ। ਉੱਥੇ ਇੰਡੀਆ 'ਚ ਵੀ ਇਸ ਤਰ੍ਹਾਂ ਪ੍ਰੋਬਲਮਸ ਆ ਰਹੀਆਂ ਨੇ। ਨਹੀਂ ਉਹ ਇਸ ਕਰਕੇ ਜਨਰੇਸ਼ਨਲ ਗੈਪ ਉੱਥੇ ਵੀ ਉਨਾ ਹੀ ਹੈ, ਯੂ ਨੋ, ਦੁਨੀਆ ਬਹੁਤ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ, ਚੇਂਜਸ ਆ ਰਹੇ ਹੈ, ਸੋ ਜਿਹੜੇ ਵੀ ਡਿਫਰੈਂਸਿਸ ਹੈ ਉੱਥੇ ਇੱਥੇ ਮੇਰੇ ਖਿਆਲ ਬਰਾਬਰ ਹੀ ਹੋਣੇ ਹੈ, ਉੱਥੇ ਵੀ ਜ਼ਰੂਰ ਆ ਰਹੇ ਹੋਣੇ ਹੈ ਜੀ। ਦੇਖੋ ਪ੍ਰੋਬਲਮ ਇਹੋ ਹੀ ਆ ਰਹੀ ਹੈ ਨਾ ਕਿ ਇੱਥੇ ਕਿ ਹਰ ਕਿਸੇ ਵਿੱਚ ਉਹ ਹੁਣ ਜਿਹੜੀ ਨੂੰਹ ਆਈ ਹੈ ਸਾਰਾ ਆਪਣਾ ਘਰ ਛੱਡ ਕੇ ਆਈ ਹੈ, ਹੀ ਵਾਂਟ ਇੰਡੀਪੈਂਡੈਂਸ, ਤੇ ਸਾਨੂੰ ਇਹ ਸੋਚਣਾ ਚਾਹੀਦਾ ਸੀਨੀਅਰਸ ਨੂੰ। ਮੈਂ ਆਪਣੇ ਆਪ ਬਾਰੇ ਕਹਿ ਰਿਹਾ ਜੀ, ਬਿਲਕੁਲ ਬਿਲਕੁਲ। ਕਿਉਂ ਮੈਂ ਸਾਡੇ 'ਚ ਇੱਕ ਸਾਡੇ ਤੁਹਾਡੇ ਮੈਂ ਇਸ ਪ੍ਰੋਗਰਾਮ ਦੇ ਨੌ ਰਤਨ ਨੇ, ਉਹਨਾਂ ਵਿੱਚ ਸਰਦਾਰ ਗੁਰਦੀਪ ਸਿੰਘ ਜੀ ਹੈਗੇ ਨੇ, ਉਹਨਾਂ ਨੇ ਕਿਹਾ ਇਸ ਪ੍ਰੋਗਰਾਮ 'ਚ ਆ ਕੇ, ਕਹਿੰਦੇ ਜੀ ਮੈਂ ਵੱਖਰਾ ਰਹਿਣਾ, ਤੇ ਮੈਂ ਉਹਨਾਂ ਨੂੰ ਕਹਾਂਗਾ ਉਹ ਸੁਣ, ਤੇ ਨਾਲੇ ਦੇਖੋ ਗੱਲ ਇਹ ਕਿ ਐਜ਼ ਅ ਸੀਨੀਅਰ ਮੇਰੀ ਇਸ ਮੁੰਡੇ ਨਾਲ ਪੂਰੀ ਸਿਮਤੀ ਹੈ, ਭਾਈ ਤੂੰ ਇਹਨੂੰ ਦਿਲ ਨਾ ਲਾ ਲਾ ਔਰ ਆਪਣਾ ਘਰ ਬਚਾ, ਔਰ ਸਭ ਤੋਂ ਪਹਿਲੇ ਆਪਣੀ ਭੈਣ ਤੇ ਬਣੋਈਏ ਨੂੰ ਸਮਝਾ, ਬਈ ਆਉਂਦੇ ਹੋ ਤੁਸੀਂ ਨਨਾਣ ਆਏ ਹੋ, ਤੇ ਇਹਦਾ ਮਤਲਬ ਇਹ ਨੀ ਹੈਗਾ ਕਿ ਤੁਸੀਂ ਆ ਕੇ ਹੱਕ ਹੈ ਤੁਹਾਡਾ ਬਣ ਗਿਆ। ਹਾਂ, ਉਹਦਾ ਵਿਆਹ ਹੋ ਗਿਆ, ਹੁਣ ਉਹਦਾ ਮੁੰਡੇ ਦਾ ਆਪਣਾ ਘਰ ਹੈ, ਉਹਦਾ ਆਪਣਾ ਘਰ ਹੈ, ਅਸੀਂ ਜਿਹੜੀਆਂ ਨਨਾਣਾ ਆ ਕੇ ਨਾ ਆ ਕੇ ਰੋ ਪਾਉਂਦੀਆਂ ਨੇ ਸਾਰਾ ਕੁਝ, ਇਹ ਪ੍ਰੋਬਲਮ ਜਿਹੜੀ ਹੈ ਨਾ ਇਹ ਸਾਡਾ ਦੇਸੀ ਕਲਚਰ ਹੈ, ਅਸੀਂ ਉਹ ਦੇਸੀ ਕਲਚਰ ਚੁੱਕ ਕੇ ਇੱਥੇ ਲੈ ਆਉਂਦੇ ਹਾਂ, ਅਮੈਰੀਕਾ ਕੈਨੇਡਾ ਇੰਗਲੈਂਡ ਲੈ ਜਾਂਦੇ ਹਾਂ, ਤੇ ਉਹਦੇ ਵਿੱਚ ਜਿਹੜੀ ਪ੍ਰੋਬਲਮ ਇਹ ਆਉਂਦੀ ਹੈ, ਤੇ ਇਸ ਕਰਕੇ ਜਿਹੜਾ ਹੈ ਮੁੰਡੇ ਨੂੰ ਦੇਖੋ ਆਪਣਾ ਤੂੰ ਸਟਰੋਂਗ ਹੋ, ਠੀਕ ਹੈ, ਜਿਹੜੀ ਗਲਤੀ ਉਹਦੀ ਥੋੜ੍ਹੀ ਜਿਹੀ ਉਹਨੂੰ ਕਹੋ, ਜਿਹੜੀ ਗਲਤੀ ਤੂੰ ਮਾਂ ਪਿਓ ਨੂੰ ਛੱਡ ਸਕਦਾ, ਆਈ ਕੈਨ ਅੰਡਰਸਟੈਂਡ, ਤੇ ਜਨਾਨੀ ਨੂੰ ਵੀ ਨਹੀਂ ਛੱਡ ਸਕਦਾ। ਬਿਲਕੁਲ, ਇਸ ਕਰਕੇ ਤੁਹਾਨੂੰ ਦੋਨਾਂ ਚੀਜ਼ਾਂ 'ਚ ਬੈਲੈਂਸ, ਔਰ ਤੈਨੂੰ ਦਿਲ ਨਾਲ ਇੰਜੋਏ ਇਟ, ਹਾਂ ਕਹੋ ਜੀ ਤੁਹਾਡੀ ਨੂੰ ਹੈ, ਜੇ ਉਹਦੀ ਨਹੀਂ ਮੰਨਦੀ ਦੱਸੋ ਮੈਂ ਕੀ ਕਰਾਂ। ਠੀਕ ਹੈ, ਬਹੁਤ ਵਧੀਆ ਜੀ, ਥੈਂਕ ਯੂ। ਮੈਂ ਕੀ ਕਰਾਂ ਦੱਸ, ਹੈਲੋ, ਹਾਂਜੀ ਹਾਂਜੀ ਸੁਣ ਰਹੇ ਹਾਂ ਜੀ, ਤੇ ਉਹਨਾਂ ਦੀ ਬਾਲ ਉਹਨਾਂ ਦੀ ਕੋਰਟ 'ਚ ਪਾ, ਦੱਸੋ ਜੀ ਉਹਨੂੰ ਮੈਂ ਛੱਡ ਦਿਆਂ, ਹੁਣ ਉਹਨਾਂ ਨੂੰ ਹੁਣ ਪੋਤਾ ਪੋਤੀ ਗ੍ਰੈਂਡ ਚਾਈਲਡ ਨਜ਼ਰ ਆ ਰਿਹਾ, ਤੇ ਜਦੋਂ ਗ੍ਰੈਂਡ ਚਾਈਲਡ ਆਏਗਾ ਛੋਟਾ ਹੋਏਗਾ ਜਾਂ ਹੋਣਾ ਹੈ, ਉਹਨੂੰ ਵੀ ਮਦਰ ਇਨ ਲਾ ਤੇ ਫਾਦਰ ਇਨ ਲਾ ਦੀ ਜ਼ਰੂਰਤ ਪੈਗੀ, ਤੇ ਇਸ ਕਰਕੇ ਉਹਨਾਂ ਦੀ ਜ਼ਰੂਰਤ ਬਣਾਈ ਰੱਖੋਗੇ ਜਦ ਤੱਕ ਉਹ ਸਾਡੇ ਦੀ, ਤੇ ਬਜ਼ੁਰਗਾਂ ਨੂੰ ਵੀ ਦੇਖਣਾ ਚਾਹੀਦਾ ਕਿ ਉਹਦੀ ਜ਼ਰੂਰਤ ਬਣਾਈ ਰੱਖਣ। ਬਹੁਤ ਵਧੀਆ ਜੀ, ਜੇ ਤੁਸੀਂ ਇਹ ਸੋਚੋ ਵੀ ਚਲੀ ਗਈ ਹੈ, ਹੁਣ ਤੁਸੀਂ ਇੱਕ ਪੋਜ਼ਿਟਿਵ ਸਾਈਡ ਵੇਖੋ, ਚਲੀ ਗਈ ਜਾਣਦੇ ਹੋ ਉਹਨੂੰ, ਤੁਸੀਂ ਹੁਣ ਆਪਣੀ ਧੀ ਦੇ ਨਾਲ ਜੋ ਕੁਝ ਕਰਨਾ ਖੁਸ਼ ਤੱਕ ਹੋਰ ਇੰਜੋਏ ਕਰੋ, ਤੁਸੀਂ ਦੂਜਾ ਸਾਈਡ ਤੇ ਦੇਖੋ ਨਾ, ਹੁਣ ਅੱਜ ਕੱਲ ਇਹ ਬੜਾ ਇਹ ਘਰ ਘਰ ਕੀ ਕਹਾਣੀ ਹੈ, ਤੇ ਇਸ ਕਰਕੇ ਮੁੰਡੇ ਕਹਿਣਾ ਚਾਹੀਦਾ ਵੀ ਭਾਈ ਤੂੰ ਆਵੇ ਦਿਮਾਗ 'ਚ ਬੋਝ ਕਿਉਂ ਪਾਉਣਾ ਪਿਆ, ਇਹਨੂੰ ਹੱਥ ਕੇ ਟੱਟ ਚਾਲ, ਤੇ ਕਬੀਰ ਸਾਹਿਬ ਨੇ ਕਿਹਾ ਨਾ ਉਹਦਾ ਦੋਹਾਂ ਨੂੰ ਇਹਨੂੰ ਕਰਕੇ ਇੰਪਲੀਮੈਂਟ ਕਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਪੌਲ ਸਾਹਿਬ, ਬਿਲਕੁਲ, ਯੂ ਨੋ, ਇਹਨਾਂ ਦੇ ਹਿਸਾਬ ਨਾਲ ਜਿਵੇਂ ਇਹ ਜਿਹੜੀ ਸਿਚੁਏਸ਼ਨ ਹੈ ਨਾ, ਬੰਦਾ ਪ੍ਰਿਪੇਅਰਡ ਰਹੇ ਵੀ ਆਉਣੀ ਹੈ, ਐਂਡ ਦੈਨ ਆਫਟਰ ਦੈਟ ਯੂ ਡੋਂਟ ਹੈਵ ਟੂ ਲਿਵ ਇਨ ਕਲੇਸ਼, ਕਿ ਇੱਕ ਡਿਸਹਾਰਮਨੀ ਦੇ ਵਿੱਚ ਰਹੋ। ਸੋ ਉਹਦਾ ਕੀ ਤਰੀਕਾ ਹੈ ਕਿ ਮੈਕਸੀਮਮ ਹਾਰਮਨੀ ਇਸਟੈਬਲਿਸ਼ ਕਰ ਸਕੋ ਕਿ ਹਾਂ ਇੱਕ ਸਾਰੇ ਪੀਸ ਆਫ ਮਾਇੰਡ ਨਾਲ ਰਹਿ ਸਕਣ, ਕਿਉਂਕਿ ਇਹ ਤਾਂ ਕੋਈ ਗੱਲ ਨਾ ਨਾ ਹੋਈ ਕਿ ਇਹ ਜਿਹੜਾ ਹੈ ਨਾ ਹੋਣਾ ਹੀ ਹੈ, ਇਸ ਪਿੱਛੇ ਉਹਨੂੰ ਸਹਿੰਦੇ ਰਹੋ।
ਸੋ ਕੋਈ ਨਾ ਕੋਈ ਬੈਲੈਂਸ ਤਾਂ ਬਣਾਉਣਾ ਚਾਹੀਦਾ ਔਰ ਖਾਲੀ ਇਹਨਾਂ ਦੀ ਗੱਲ ਨਹੀਂ ਹੈ ਮੇਰੇ ਖਿਆਲ ਕੋਈ ਵੀ ਜਦੋਂ ਈਵਨ ਆਪਣੇ ਬੱਚੇ ਅਗਰ ਦੋ ਤਿੰਨ ਬੱਚੇ ਹੈ ਇੱਕ ਬੱਚੇ 'ਚ ਡਿਫਰੈਂਸ ਹੋ ਸਕਦਾ ਹੈ ਉਹਨਾਂ ਦਾ ਤਰੀਕਾ ਉਹਨਾਂ ਨੂੰ ਜੋ ਪਸੰਦ ਹੈ ਪਰ ਅਸੀਂ ਉਹ ਇੱਕ ਬਾਹਰੋਂ ਕੁੜੀ ਆਉਂਦੀ ਹੈ ਉਹ ਥੋੜ੍ਹਾ ਜਿਹਾ ਜ਼ਿਆਦਾ ਅਸੀਂ ਔਰ ਉੱਪਰੋਂ ਫਿਰ ਉਹ ਡਿਫਰੈਂਟ ਫੇਥ ਦੀ ਹੈ ਅਤੇ ਇੱਕ ਯੂਨੋ ਪਹਿਲੇ ਹੀ ਅਸੀਂ ਪ੍ਰੀ ਕੋਨਸੈਪਟ ਜਿਹੜਾ ਬਣਿਆ ਹੁੰਦਾ ਆਈ ਥਿੰਕ ਉਹ ਵੀ ਬੜਾ ਹਰਟ ਕਰਦਾ ਇੱਕ ਉਸ ਚੀਜ਼ ਨੂੰ ਰੈਡੀਨੈਸ ਨਹੀਂ ਹੁੰਦੀ ਜਦੋਂ ਐਕਸੈਪਟ ਕਰਨ ਦੀ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਤੁਸੀਂ ਜ਼ਰੂਰ ਕਾਲ ਕਰਦੇ ਰਹੋ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਸਾਰੇ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਆਂਟੀ ਦੱਸੋ ਕੀ ਕਹਿੰਦੇ ਹੋ ਅੱਜ ਮੈਂ ਕਈ ਵਾਰੀ ਮਿਲਾਇਆ ਮੈਂ ਇੰਨਾ ਚਿਰ ਪਿੱਛੋਂ ਆਈ ਤੇ ਮਿਲਾਂ ਗਿਲਾਂ ਤੇ ਫਿਰ ਫੋਨ ਹੀ ਨਹੀਂ ਬਸ ਕਿਸੇ ਵੇਲੇ ਟਾਈਮ ਮਿਲਦਾ ਲੱਗ ਗਿਆ ਹੀ ਨਹੀਂ ਕਈ ਵਾਰ ਲੇਟ ਹੋ ਜਾਂਦੀ ਹਾਂ ਮੈਂ ਤੇ ਕਹਾਂਗੀ ਤੁਸੀਂ ਆਪ ਤਾਂ ਕਹਿੰਦੇ ਜੋ ਪੜ੍ਹੇ ਲਿਖੇ ਇੰਨੇ ਨਹੀਂ ਹੈਗੇ ਜੇ ਨਹੀਂ ਪੜ੍ਹੇ ਲਿਖੇ ਇੰਨੇ ਹੈਗੇ ਤਾਂ ਇਸ ਕੰਟਰੀ 'ਤੇ ਰਹਿ ਰਹੇ ਇਹਨਾਂ ਨਾਲ ਜੰਗ ਚੜ੍ਹੇ ਨਹੀਂ ਚੜ੍ਹਦੀ ਤਾਂ ਵੇਖੀਏ ਲੋਕਾਂ ਨਾਲ ਵੇਖ ਕੇ ਤਾਂ ਸਮਝ ਤਾਂ ਆਉਂਦੀ ਹੈ ਨਾ ਇਸ ਜਗ੍ਹਾ ਦਾ ਟਾਈਮ ਕਿਹੜਾ ਉੱਤੋਂ ਲੋਕੀ ਤਾਂ ਨੂੰਹਾਂ ਤਾਂ ਡਰਦੇ ਨੇ ਤੁਸੀਂ ਚਿੜਚਿੜ ਲਾਈ ਹੋਈ ਹੈ ਚਲੋ ਮੁੰਡਾ ਚੰਗਾ ਹੈ ਬਾਕੀ ਮੈਂ ਤਾਂ ਛੋਟੀ ਜਿਹੀ ਗੱਲ ਕਰਾਂਗੀ ਮੁੰਡਾ ਨਾ ਆਪਣੀ ਭੈਣ ਨੂੰ ਵੀ ਕਹਿ ਦੇਵੇ ਅਗਲੇ ਨੇ ਘਰ ਵਸਾਉਣਾ ਟਾਈਮ ਕਿਹੜਾ ਉੱਤੋਂ ਉਹਨੂੰ ਵੀ ਕਹੇ ਭੈਣ ਤੂੰ ਆਉਣੀ ਹੈ ਜੇ ਕਿਸੇ ਦਿਨ ਕੋਲ ਗਲਤੀ ਵੀ ਹੋ ਜਾਂਦੀ ਹੈ ਇੱਥੋਂ ਦੀ ਬੋਰਨ ਕੁੜੀ ਹੈ ਤੁਸੀਂ ਸਮਝਾਇਆ ਕਰੋ ਐਂ ਕਰਨਾ ਤੁਸੀਂ ਇੰਝ ਕਰਨਾ ਤੁਸੀਂ ਆਹ ਕਰਨਾ ਹੈ ਨਾ ਇਹ ਉਹਦੇ ਨਾਲ ਥੋੜਾ ਜਿਹਾ ਹੁੰਦਾ ਬੱਚੇ ਨੇ ਇੱਥੋਂ ਦੇ ਕਈ ਵਾਰ ਨੀ ਕੋਈ ਸਮਝਦਾਰ ਨੇ ਕੋਈ ਨਹੀਂ ਭੋਲੇ ਭਾਲੇ ਨੇ ਨਹੀਂ ਪਤਾ ਲੱਗਦਾ ਬਾਕੀ ਜਿਹੜੀ ਸੱਸ ਸਹੁਰੇ ਨੇ ਉਹਨਾਂ ਨੂੰ ਤਾਂ ਬਿਲਕੁਲ ਸਮਝਣ ਨਾ ਤਾਂ ਉਹਨਾਂ ਨੂੰ ਤਾਂ ਬਿਲਕੁਲ ਕਿਸੇ ਚੀਜ਼ ਤੋਂ ਰੋਕਣਾ ਨੀ ਚਾਹੀਦਾ ਘੁੰਮਣ ਫਿਰਨ ਜਾਣ ਘਰ ਖਾਣ ਪੀਣ ਇੱਕ ਤਾਂ ਨੂੰਹ ਪੁੱਤਰ ਹੈ ਤੇ ਅੱਗੇ ਪਿੱਛੇ ਜਦੋਂ ਜਾਣਾ ਸਭ ਕੁਛ ਉਹਨਾਂ ਦਾ ਅੱਜ ਉਹਨਾਂ ਨੂੰ ਪਿਆਰ ਨਾਲ ਰੱਖਣਗੇ ਤਾਂ ਉਹਨਾਂ ਦਾ ਮਨ ਖੁਸ਼ ਰਹੇਗਾ ਹੁਣ ਉਹ ਮੁੰਡਾ ਸੱਚਾ ਹੈ ਮੈਂ ਤੇ ਕੋਈ ਕਹਾਂਗੀ ਮੁੰਡਾ ਆਪਣੇ ਮਾਂ ਬਾਪ ਨੂੰ ਬਿਠਾ ਕੇ ਉਹਨਾਂ ਨੂੰ ਕਵੇ ਵੀ ਇਹਨੂੰ ਇਹ ਇੱਥੋਂ ਦੀ ਬੋਰਨ ਕੁੜੀ ਕਿਸੇ ਨੂੰ ਗਲਤੀ ਹੋ ਜਾਂਦੀ ਮੰਮੀ ਤੁਸੀਂ ਇਹਨੂੰ ਸਮਝਾਓ ਇਹਨੂੰ ਪਿਆਰ ਨਾਲ ਦੱਸਿਆ ਕਰੋ ਐਂ ਕਰਨਾ ਇੰਜ ਕਰਨਾ ਇੰਜ ਕਰਨਾ ਮੇਰੀ ਭੈਣ ਸੀ ਨਾ ਕੋਈ ਕਿਚਨ ਚ ਖਲੋ ਕੇ ਨੂੰ ਮੈਂ ਬੜੀਆਂ ਪੜ੍ਹੀਆਂ ਲਿਖੀਆਂ ਆ ਗਈਆਂ ਮੇਰੀ ਭੈਣ ਵੀ ਪੜ੍ਹੀ ਲਿਖੀ ਸੀ ਕਿਚਨ ਚ ਖਲੋ ਕੇ ਉਹਨਾਂ ਦਾਦੀ ਸੀ ਬੇਟੇ ਐਂ ਕਰਨਾ ਆਹ ਕਰਨਾ ਆਹ ਕਰਨਾ ਮਾਵਾਂ ਧੀਆਂ ਤਰ੍ਹਾਂ ਕੁੜੀਆਂ ਇੰਨਾ ਸਿੱਖ ਗਈਆਂ ਨੇ ਅੱਜ ਉਹ ਚਲੀ ਗਈ ਹੈ ਹੁਣੇ ਹੀ ਮੇਰੀ ਭੈਣ ਚ ਬਹੁਤ ਛੋਟੀ ਸੀ ਤੇ ਵੇਲਾ ਨੂੰਹਾਂ ਆਉਂਦੀਆਂ ਜਿਹੜੀਆਂ ਨੇ ਉਹ ਉਸ ਟ੍ਰੇਨ ਤੇ ਆ ਗਈਆਂ ਨੇ ਕਿਉਂਕਿ ਸਾਨੂੰ ਮੰਮੀ ਐਂ ਦੱਸ ਗਈ ਸਾਨੂੰ ਮੰਮੀ ਦਾ ਫਰਜ਼ ਬਣਦਾ ਉਹਨੂੰ ਸਮਝਾਵੇ ਉਹ ਕੁੜੀ ਇੱਥੋਂ ਦੀ ਬੋਰਨ ਹੈ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਜੇ ਬਦਲਣ ਲਾ ਆ ਗਿਆ ਤੇ ਕੋਈ ਰੱਬ ਡਿੱਗ ਪਿਆ ਨਹੀਂ ਉਹਨੂੰ ਕਿਤੇ ਉਹਨੇ ਜ਼ਰੂਰੀ ਜਾਣਾ ਨਹੀਂ ਹੁੰਦਾ ਹੈ ਚਲੀ ਗਈ ਤਾਂ ਫਿਰ ਕੀ ਹੋ ਗਿਆ ਵੀ ਮਾਂ ਬੇਟੀ ਜੋ ਮਰਜ਼ੀ ਪਕਵਾਨ ਬਣਾ ਕੇ ਦਿੱਤੀ ਜਾਵੇ ਖਵਾਈ ਜਾਵੇ ਪਰ ਉਸ ਇਹ ਮੁੰਡਾ ਬਹਿ ਕੇ ਮਾਂ ਪਿਓ ਨੂੰ ਸਮਝਾਵੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਕੁਛ ਸਮਝ ਆ ਜਾਏਗੀ ਆਪਣਾ ਕੁੜੀ ਚੰਗੀ ਵਿਆਹ ਹੋ ਗਿਆ ਸਭ ਕੁਛ ਘਰ ਨਾਲ ਉਜਾੜਨ ਠੀਕ ਬਹੁਤ ਵਧੀਆ ਆਂਟੀ ਜੀ ਬੰਦਾ ਪਿਆ ਬਹੁਤ ਵਧੀਆ ਥੈਂਕ ਯੂ ਸੋ ਮਚ ਆਂਟੀ ਸਹੀ ਹੈ ਯੂ ਨੋ ਕਿ ਬਣਾ ਕੇ ਰੱਖਣ ਦਾ ਹੀ ਫਾਇਦਾ ਹੈ ਉਹਨਾਂ ਨੂੰ ਔਰ ਦੈਟਸ ਅ ਗੁੱਡ ਟਿਪ ਐਕਚੁਅਲੀ ਕਿ ਸਿਸਟਰ ਨਾਲ ਗੱਲ ਕਰੇ ਬੇਸ਼ੱਕ ਬ੍ਰਦਰ ਲਾਅ ਉਹਨਾਂ ਨਾਲ ਵੀ ਕਰੇ ਪਰ ਬੈਠ ਕੇ ਕਿ ਯਾਰ ਮੈਨੂੰ ਤੁਹਾਡੀ ਸਪੋਰਟ ਚਾਹੀਦੀ ਹੈ ਪਲੀਜ਼ ਹੋਰ ਕਿਤੇ ਯੂ ਨੋ ਕਹਿੰਦੇ ਨਾ ਅੱਗ ਦੇ ਵਿੱਚ ਘਿਓ ਨਾ ਪਾਓ ਆਈ ਰਾਦਰ ਨੀਡ ਯੋਰ ਸਪੋਰਟ ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਲੀਜ਼ ਟੀਵੀ ਦਾ ਵੋਲਿਊਮ ਘਟਾ ਲਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬ੍ਰਿੰਦਰ ਜੀ ਦੱਸੋ ਥੈਂਕ ਯੂ ਸੋ ਮਚ ਫੋਰ ਕਾਲਿੰਗ ਦੱਸੋ ਕੀ ਕਹਿੰਦੇ ਹੋ ਅੱਜ ਹਾਂ ਦੇਖੋ ਮੈਂ ਇਹ ਮੁੰਡੇ ਨੂੰ ਇਹ ਹਦਾਇਤ ਦਿਆਂਗਾ ਜੀ ਕਿ ਕੱਲ ਜਿਹੜਾ ਬੀਤ ਗਿਆ ਉਹਦੀ ਅਹਿਮੀਅਤ ਕੋਈ ਨਹੀਂ ਜਿਹੜਾ ਹੁਣ ਪ੍ਰੈਜ਼ੈਂਟ ਹੈ ਉਹ ਸਭ ਤੋਂ ਜ਼ਰੂਰੀ ਹੈ ਔਰ ਜਿਹੜਾ ਆਉਣ ਵਾਲਾ ਕੱਲ ਹੈ ਅਸੀਂ ਪਲਾਨ ਕਰ ਸਕਦੇ ਹਾਂ ਠੀਕ ਹੈ ਹੁਣ ਤੁਹਾਡਾ ਆਉਣ ਵਾਲਾ ਕੱਲ ਤੁਹਾਡੀ ਵਾਈਫ ਪ੍ਰੈਗਨੈਂਟ ਹੈ ਇਹ ਆਉਣ ਵਾਲਾ ਕੱਲ ਹੈ ਇਸ ਕਰਕੇ ਅਗਰ ਤੁਸੀਂ ਚਾਹੁੰਦੇ ਹੋ ਕਿ ਮੇਰੇ ਬੱਚੇ ਖੁਸ਼ਹਾਲ ਸਿਹਤਮੰਦ ਰਹਿਣ ਔਰ ਅੱਛੇ ਹੋਣ ਤੇ ਤੁਹਾਡੀ ਵਾਈਫ ਨੂੰ ਹਰ ਹਾਲਤ ਚ ਤੁਸੀਂ ਖੁਸ਼ ਰੱਖਣਾ ਹੈ ਸੈਕਿੰਡ ਪ੍ਰੈਗਨੈਂਸੀ ਤੇ ਮੇਰੀ ਵਾਈਫ ਨੇ ਮੈਨੂੰ ਤੋਹਫ਼ਾ ਦਿੱਤਾ ਸੀ ਕਿ ਅਗਰ ਤੁਸੀਂ ਮੈਨੂੰ ਏਦਾਂ ਹੀ ਚਾਰ ਮਲਾਰ ਕਰਦੇ ਹੋ ਇੰਨਾ ਖੁਸ਼ ਰੱਖਦੇ ਹੋ ਤੇ ਮੇਰਾ ਦਿਲ ਕਰਦਾ ਮੈਂ ਹਰ ਵੇਲੇ ਪ੍ਰੈਗਨੈਂਟ ਹੀ ਰਵਾਂ ਇਹ ਜਿਹੜਾ ਹੈ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਖੁਸ਼ ਤਬੀਅਤ ਔਰ ਸਿਹਤਮੰਦ ਹੋਣ ਇਸ ਕਰਕੇ ਵਾਈਫ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਮਾਂ ਤੁਹਾਡੀ ਵਾਈਫ ਨੇ ਤੁਹਾਨੂੰ ਹੋਸ਼ ਹਵਾਸ ਚ ਚੁਣਿਆ ਹੈ ਇਸ ਵੇਲੇ ਉਹ ਅਨਮੋਲ ਹੈ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਮਾਂ ਨੂੰ ਤੁਸੀਂ ਕਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕੀਤਾ ਹੁਣ ਮੈਂ ਆਪਣੇ ਬੱਚਿਆਂ ਨੂੰ ਅੱਗੋਂ ਓਦਾਂ ਹੀ ਪਿਆਰ ਕਰਨਾ
जे तुसी मेरी वाइफ नाल खैबर दे हो आटा गुंदी हिलदी क्यों ते एदा मतलब तुसी मेरे नाल भी खैबड़ोगे क्लियर एंड बिल्कुल साफ उन्होंने कह रहे ताड़ी उम्र बुजुर्ग तुसी हो गए हो मैं ताड़ा भी ध्यान रखना है और ताड़ी नो भी जरूरी जड़ा है मेरी वाइफ का ध्यान मेरे लिए है क्योंकि मेरी आने वाली औलाद उधर आएगी अपने भैन भनवाइए नो कहो कि तुसी जदों घर जाने हो सिर मत्थे ते तुसी कोई स्पेशल गेस्ट नहीं तुसी घर का परिवार हो अगर तुसी अचानक अनअनाउंस आंदे भी हो और वाइफ नु किते जाना पै गया शी कैन गो शी कैन एक्सक्यूज हरसेल्फ एंड से के जी तुसी मम्मी डैडी नाल बैठे हो इन नाल बैठो मैं थोड़ा जिहा काम मैनू हैगा मैं करके ते वापस आनी हां देयर इज नो प्रॉब्लम इट शुड बी डन अगर वो थोड़ा रिकॉर्ड करते रहे दे विल लेट यू गो दे नो के यू मे हैव अदर असाइनमेंट्स ते इस करके बैलेंस करना बहुत अच्छा है हाथ पैर छड़ने वो तुहाडे लिए कम नहीं है तुसी एब्सोल्युटली क्लियरली मां नूं कह दियो कि अगर तुसी मेरी वाइफ नाल नहीं रह सकते तुसी मेरे नाल नहीं रह सकते इफ यू वांट आई कैन गो एंड लिव सेपरेटली लेकिन क्योंकि तुहाडा भी ध्यान रखना है इस करके मैं तुहाडे नाल हां द चॉइस इज योर्स ਤੁਹਾਨੂੰ ਮੈਂ ਆਪਸ਼ਨ ਦੇਤੀ ਹੈ ਹੁਣ ਤੁਸੀਂ ਮੈਨੂੰ ਦੱਸੋ ਕੀ ਕਰਨਾ ਕੋਈ ਐਂਬੀਗੁਇਟੀ ਨਹੀਂ ਹੋਣੀ ਚਾਹੀਦੀ ਕੋਈ ਲੰਬਾ ਚੌੜਾ ਗੱਲ ਨਹੀਂ ਹੋਣੀ ਚਾਹੀਦੀ ਕਲੈਰਿਟੀ ਨਾਲ ਗੱਲ ਕਰੋ ਔਰ ਗੱਲ ਨੂੰ ਖਤਮ ਕਰ ਦਿਓ ਇੱਥੇ ਖਤਮ ਕਰ ਦਿਓ ਬਹੁਤ ਵਧੀਆ ਥੈਂਕ ਯੂ ਸੋ ਮਚ ਬ੍ਰਿੰਦਰ ਜੀ ਆਈ ਥਿੰਕ ਦੈਟ ਯੂ ਨੋ ਦੈਟਸ ਅ ਗ੍ਰੇਟ ਟਿਪ ਕਿ ਬੜਾ ਇਸ ਵੇਲੇ ਜੋ ਸਭ ਤੋਂ ਜ਼ਿਆਦਾ ਕੰਮ ਆਏਗਾ ਵੀ ਅੰਡਰਸਟੈਂਡ ਕਿ ਸਿਚੁਏਸ਼ਨ ਹੈ ਬੜੀ ਕਾਮਨ ਹੈ ਔਰ ਮੁਸ਼ਕਿਲ ਹੋ ਜਾਂਦਾ ਹੈ ਕਿ ਹਾਏ ਉਹਨੂੰ ਦੇਖਾਂ ਕਿ ਇਹਨੂੰ ਦੇਖਾਂ ਬਟ ਕਲੈਰਿਟੀ ਹੀ ਆਨਸਰ ਹੈ ਫਰਮ ਹੋਣਾ ਆਪਣੀ ਯੂ ਨੋ ਕਲੀਅਰ ਵਿਜ਼ਨ 'ਚ ਕਿ ਕੀ ਪ੍ਰਾਇਰਟੀ ਕਿਹਨੂੰ ਦੇਣੀ ਹੈ ਇਸ ਵੇਲੇ ਐਂਡ ਦੈਨ ਰਿਸਪੈਕਟਫੁਲੀ ਉਹਨੂੰ ਕਮਿਊਨੀਕੇਟ ਕਰਨਾ ਉਹਨੂੰ ਦੱਸਣਾ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਤੁਸੀਂ ਜ਼ਰੂਰ ਕਾਲ ਕਰਦੇ ਰਹੋ ਅਤੇ ਅੱਗੇ ਗੱਲ ਕਰਦੇ ਹਾਂ ਵੈਲਕਮ ਬੈਕ ਔਰ ਜਿਸ ਤਰ੍ਹਾਂ ਯੂ ਨੋ ਬ੍ਰੇਕ ਤੋਂ ਪਹਿਲੇ ਬਰਿੰਦਰ ਜੀ ਕਹਿ ਰਹੇ ਸੀ ਆਈ ਥਿੰਕ ਠੀਕ ਕਹਿੰਦੇ ਨੇ ਕਿ ਬਹੁਤ ਹੀ ਬਿਊਟੀਫੁਲ ਟਾਈਮ ਹੈ ਇਸ ਵੇਲੇ ਅਗਰ ਤੁਹਾਨੂੰ ਲੱਗ ਰਿਹਾ ਕਿ ਮੇਰਾ ਮਨ ਉਦਾਸ ਹੈ ਮੈਨੂੰ ਬੜਾ ਐਕਸਾਈਟਿਡ ਹੋਣਾ ਚਾਹੀਦਾ ਸੀ ਤਾਂ ਯੂ ਆਰ ਰਾਈਟ ਕਿ ਜਿਸ ਤਰ੍ਹਾਂ ਬਰਿੰਦਰ ਜੀ ਨੇ ਕਿਹਾ ਮੈਨੂੰ ਵੀ ਯਾਦ ਆਇਆ ਕਿ ਵਾਕਈ ਇੰਨੀ ਸੇਵਾ ਹੁੰਦੀ ਸੀ ਉਸ ਵੇਲੇ ਕਿ ਮੈਂ ਵੀ ਹੱਸਦੀ ਹੁੰਦੀ ਸੀ ਕਹਿੰਦੀ ਸੀ ਮੈਨੂੰ ਐਟਲੀਸਟ 4 ਬੱਚੇ ਚਾਹੀਦੇ ਹਨ ਤਾਂ ਕਿ ਇਹ ਟਾਈਮ ਬਾਰ ਬਾਰ ਆਏ ਯੂ ਨੋ ਕਿ ਪ੍ਰੈਗਨੈਂਸੀ ਵੇਲੇ ਅਗਰ ਸਾਰੇ ਇੰਨਾ ਯੂ ਨੋ ਸਿਰ 'ਤੇ ਚੱਕ ਲੈਂਦੇ ਨੇ ਕਿ ਜੀ ਤੁਸੀਂ ਕੁਈਨ ਵਾਕਨ ਟ੍ਰੀਟ ਕਰ ਰਹੇ ਹੁੰਦੇ ਆ ਅਦਰ ਟਾਈਮਸ ਟੂ ਬਟ ਐਟਲੀਸਟ ਦੈਟ ਟਾਈਮ ਇਟਸ ਯੂ ਆਰ ਸੋ ਸਪੈਸ਼ਲ ਸੋ ਬਹੁਤ ਹੀ ਖੂਬਸੂਰਤ ਟਾਈਮ ਹੈ ਐਂਡ ਪ੍ਰਾਇਰਟਾਈਜ਼ ਕਰਨ ਸ਼ਾਇਦ ਇਹ ਟਾਈਮ ਵੀ ਤੁਹਾਨੂੰ ਇਹ ਐਟੀਟਿਊਡ ਜ਼ਰੂਰ ਹੈਲਪ ਕਰੇਗਾ ਲੈਟਸ ਸੀ ਹੋਰ ਕੀ ਕਹਿ ਰਹੇ ਹੈ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆਪਣੀ ਖੁਸ਼ੀ ਨਾਲ ਆਪਣੀ ਵਾਈਫ ਨੂੰ ਲਿਆਇਆ ਚਾਹੇ ਗੋਆ ਦੀ ਹੈ ਚਾਹੇ ਕਿੱਥੋਂ ਦੀ ਹੈ ਜਿੰਨੇ ਸਾਲ ਆਪਣੇ ਮਾਂ ਬਾਪ ਦੇ ਘਰ ਰਹੀ ਉਹ ਸਾਰਾ ਚੀਜ਼ ਕਲਚਰ ਆਪਣਾ ਛੱਡ ਨਹੀਂ ਸਕਦੀ ਜੀ ਬਿਲਕੁਲ ਉਹਨੇ ਆਪਣੀਆਂ ਮਰਜ਼ੀ ਦੇ ਨਾਲ ਜੀਣਾ ਔਰ ਆਪਣੀ ਮਰਜ਼ੀ ਨਾਲ ਜੀਣਾ ਚਾਹੀਦਾ ਹਰ ਆਦਮੀ ਨੂੰ ਹੱਕ ਹੈ ਪਰ ਸਾਡੇ ਬਜ਼ੁਰਗਾਂ ਨੂੰ ਇਹ ਕਦੀ ਸਮਝ ਨਹੀਂ ਆਏਗੀ ਅਸੀਂ ਜ਼ਰੂਰ ਥੋਕ ਕਰਾਂਗੇ ਤੂੰ ਇਹ ਕਰ ਲੈ ਤੂੰ ਇਹ ਕਰ ਲੈ ਤੂੰ ਇਹ ਕਰ ਲੈ ਉਹ ਚੀਜ਼ਾਂ ਬੜੀਆਂ ਜਿਹੀਆਂ ਨੇ ਨਾ ਪੇਟ ਕਰਦੀਆਂ ਨੇ ਬਿਲਕੁਲ ਸੁਦਰਸ਼ਨ ਜੀ ਔਰ ਤੁਸੀਂ ਤੁਸੀਂ ਸਹੀ ਕਹਿ ਰਹੇ ਹੋ ਘਰ ਸਾਰੇ ਤੋਂ ਬੱਚੇ ਨੂੰ ਤੁਸੀਂ ਜ਼ੋਰ ਨਹੀਂ ਪਾਓ ਮੈਂ ਆਪਣਾ ਐਗਜ਼ਾਮਪਲ ਦਵਾਂਗੀ ਕਿ ਅਗਰ ਉਹ ਸੁਣ ਰਹੇ ਤਾਂ ਮੇਰੇ ਘਰ ਦੂਸਰੇ ਮਜ਼ਹਬ ਦੀ ਬੱਚੀ ਆਈ ਦੀ ਹੈ ਮੈਂ ਉਹਨੂੰ ਕਦੀ ਨੀ ਕਿਹਾ ਕਿ ਤੂੰ ਮੇਰੇ ਨਾਲ ਮੰਦਰ ਚੱਲ ਤੂੰ ਐ ਪਕਾ ਲੈ ਤੂੰ ਰੋਟੀ ਬਣਾ ਲੈ ਬਾਈ ਉਹਨੇ ਵੀ ਇੰਨੇ ਸਾਲ ਜਿੱਥੇ ਰਹੀ ਹੈ ਉਹ ਖਾਣਾ ਪੀਣਾ ਉਹਨੇ ਕਰਨਾ ਉਹਨੂੰ ਆਪਣੀ ਜ਼ਿੰਦਗੀ ਨਾਲ ਜੀਣ ਦਿਓ ਜੇ ਉਹਦੇ ਮਾਂ ਬਾਪ ਨੂੰ ਇਹ ਚੀਜ਼ ਨਹੀਂ ਪਸੰਦ ਤੇ ਉਹ ਵੱਖਰਾ ਰਹਿ ਲੈਣ ਮੈਂ ਬਿਲਕੁਲ ਭਾਈ ਸਾਹਿਬ ਨਾਲ ਸਹਿਮਤ ਹਾਂ ਕਿ ਵੱਖਰਾ ਰਹਿ ਲੈਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦਖਲ ਦੁਖਲ ਨਾ ਦੇਣ ਜ਼ਿਆਦਾ ਫਰਮਾਇਸ਼ ਤਾਂ ਕਰਨੇ ਹੀ ਪੈਂਦੇ ਨੇ ਅਗਰ ਤੁਸੀਂ ਦੂਸਰੇ ਮਜ਼ਹਬ ਦੀ ਬੱਚੇ ਨੂੰ ਘਰ ਲੈ ਕੇ ਆਉਂਦੇ ਹੋ ਚਾਹੇ ਦਮਾਦ ਲੈ ਕੇ ਆਉਂਦੇ ਹੋ ਚਾਹੇ ਨੂੰਹ ਲੈ ਕੇ ਆਉਂਦੇ ਹੋ
ਮੈਂ ਕਦੇ ਨਹੀਂ ਕਿਹਾ ਅੱਜ ਤੱਕ ਔਰ ਮੇਰੀ ਬੜੀ ਖੁਸ਼ਹਾਲ ਹੈ ਮੈਨੂੰ ਕੋਈ ਮਤਲਬ ਨਹੀਂ ਔਰ ਧੀਰੇ ਧੀਰੇ ਅਰਵਿੰਦ ਜੀ ਐਸਾ ਹੁੰਦਾ ਕਿ ਉਹ ਖੁਦ ਇੰਟਰਸਟ ਲੈਣ ਲੱਗ ਗਈ ਹੈ ਐਗਜੈਕਟਲੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਿਹੜੀਆਂ ਛੋਟੀਆਂ ਚੀਜ਼ਾਂ ਹੈ ਨਾ ਉਹ ਇੰਨੀਆਂ ਇੰਪੋਰਟੈਂਟ ਨਹੀਂ ਹੈ ਅਗਰ ਬੰਦਾ ਸੀਰਤ ਦਾ ਇੰਟੈਂਸ਼ਨ ਦਾ ਅੱਛਾ ਹੈ ਤੇ ਫਿਰ ਇਹ ਕਲਚਰਲ ਨਿੱਕੀ ਨਿੱਕੀ ਚੀਜ਼ ਹੋਈ ਤੁਹਾਡੇ ਵਾਲੀ ਗੱਲ ਕਿ ਉਹ ਖੜੇ ਹੋ ਕੇ ਹਮੇਸ਼ਾ ਰਹਿਣਾ ਉਹ ਜਿੱਦਾਂ ਆਈ ਹੈ 20 ਸਾਲ ਦੀ 22 ਸਾਲ ਦੀ ਸ਼ਾਦੀ ਹੋਈ ਉਸ ਮਸਜਿਦ ਦੇ ਵਿੱਚੋਂ ਆਈ ਹੈ ਉਹਨੇ ਸਿੱਖਿਆ ਸਾਰਾ ਕੁਛ ਉਹ ਕਿਵੇਂ ਯਕਦਮ ਛੱਡ ਦੇਗੀ ਇਹ ਸਾਡੀਆਂ ਗਲਤੀਆਂ ਨੇ ਇਹ ਮਾਂ ਬਾਪ ਨੂੰ ਥੋੜਾ ਜਿੰਨਾ ਕੰਪਰੋਮਾਈਜ਼ ਥੋੜਾ ਜਿੰਨਾ ਨਹੀਂ ਜ਼ਿਆਦਾ ਕਰਨਾ ਚਾਹੀਦਾ ਕਿਸੇ ਨੇ ਕਿਹਾ ਸੀ ਕਿ ਤੁਹਾਡੇ ਪੋਤੇ ਨਾਲ ਬੜਾ ਲਗਾਵ ਹੈ ਭੁੱਲ ਜਾਓ ਉਹ ਪੋਤਾ ਤੁਹਾਡਾ ਸਿਰਫ ਪੋਤਾ ਹੈ ਉਹਦੇ ਮਾਂ ਬਾਪ ਹੈ ਤੁਸੀਂ ਉਹਦੇ ਤੇ ਇੰਨੇ ਉਹ ਨਹੀਂ ਕਰੋ ਵੀ ਮੇਰਾ ਇਹ ਹੱਕ ਹੈ ਮੈਂ ਤੈਨੂੰ ਇਹ ਸਿਖਾਉਣਾ ਮੈਂ ਤੈਨੂੰ ਇਹ ਸਿਖਾਉਣਾ ਤੁਹਾਡਾ ਕੋਈ ਹੱਕ ਨਹੀਂ ਕੋਈ ਸ਼ਿਕਾਇਤ ਨਹੀਂ ਨਾ ਅਗਲੇ ਸ਼ਿਕਾਇਤ ਨਾ ਸਾਨੂੰ ਸ਼ਿਕਾਇਤ ਹੈ ਬੜੇ ਖੁਸ਼ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਸ਼ੇਅਰ ਕੀਤਾ ਔਰ ਸਪੈਸ਼ਲੀ ਕਿਉਂਕਿ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਤੁਸੀਂ ਉਹਦੀ ਤੁਹਾਡੀ ਆਪ ਬੀਤੀ ਹੈ ਸੋ ਰੀਅਲੀ ਐਪਰੀਸ਼ੀਏਟ ਦਿਸ ਯੂ ਨੋ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ ਹੈਲੋ ਹਾਂਜੀ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਵੰਤ ਜੀ ਦੱਸੋ ਕੀ ਕਹਿੰਦੇ ਹੋ ਅਰਵਿੰਦ ਜੀ ਪਹਿਲਾਂ ਤਾਂ ਮੈਂ ਇਸ ਬੇਟਾ ਹੀ ਸਾਡੀ ਤਾਂ ਉਮਰ ਮਤਲਬ ਸਾਡਾ ਲੱਗਦਾ ਹੋਣਾ ਵੀ ਕਦੇ ਹੀ ਇਸ ਦੇ ਵਾਰੀ ਯੰਗ ਲਾਈਕ ਮਾਈ ਚਿਲਡਰਨ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਆਪਣੇ ਅੰਦਰ ਬਿਲਕੁਲ ਆਪ ਕਲੈਰਿਟੀ ਪੈਦਾ ਕਰ ਲੈਣ ਕਿ ਮੈਂ ਬਾਹਰਲੀਆਂ ਸਿਚੁਏਸ਼ਨ ਜਿਹੜੀਆਂ ਹੈਗੀਆਂ ਉਹ ਮੈਨੂੰ ਅਨਸੈਸਰਲੀ ਮੈਂ ਉਹ 'ਚ ਸਟੱਕ ਨਹੀਂ ਹੋਣਾ ਜੀ ਜੀ ਇਟ ਇਜ਼ ਵੈਰੀ ਇੰਪੋਰਟੈਂਟ ਦੈਟ ਹੀ ਕੀਪਸ ਹਿਸ ਪੀਸ ਪਹਿਲਾਂ ਉਹਨਾਂ ਨੂੰ ਥੋੜ੍ਹੀ ਦੇਰ ਬੈਠਣਾ ਉਹਨਾਂ ਨੂੰ ਇਹ ਕਹਿਣਾ ਪੈਣਾ ਕਿ ਮਾਂ ਵੀ ਬਹੁਤ ਜ਼ਰੂਰੀ ਹੈ ਮੈਨੂੰ ਤੇ ਆਫ ਕੋਰਸ ਪਤਨੀ ਬਹੁਤ ਜ਼ਰੂਰੀ ਹੈ ਜਿਹਦੇ ਅੱਗੇ ਬੇਬੀ ਵੀ ਹੋਣ ਵਾਲਾ ਨਾ ਜੀ ਜੀ ਸੋ ਇਹ ਪਹਿਲਾਂ ਜਦੋਂ ਆਪ ਕਲੈਰਿਟੀ ਕਰ ਲੈਣ ਲੱਗ ਗਏ ਬਾਕੀ ਸਭ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਓਪਨ ਕਮਿਊਨੀਕੇਸ਼ਨ ਇਜ਼ ਦ ਬੈਸਟ ਥਿੰਗ ਸੋ ਇਹਨਾਂ ਨੂੰ ਓਪਨ ਕਮਿਊਨੀਕੇਸ਼ਨ ਹੁਣ ਇਹ ਇਹਨਾਂ ਨੂੰ ਆਪ ਦੇਖਣਾ ਪੈਣਾ ਕਿ ਕਿਸ ਤਰੀਕੇ ਦੇ ਨਾਲ ਇਹ ਗੱਲ ਕੀਤੀ ਜਾ ਸਕਦੀ ਆ ਮੇਰਾ ਤਾਂ ਖਿਆਲ ਆ ਕਿ ਜੇ ਆਪਣੀ ਸਿਸਟਰ ਦੇ ਨਾਲ ਬੈਠ ਕੇ ਗੱਲ ਕਰ ਲੈਣ ਤੇ ਉਹਨਾਂ ਨੂੰ ਕਹਿਣ ਕਿ ਤੁਸੀਂ ਦੇਖੋ ਤੁਹਾਡਾ ਆਪਣੇ ਹਸਬੈਂਡ ਨਾਲ ਕਿਹੋ ਜਿਹੀ ਡੀਲਿੰਗ ਆ ਤੁਸੀਂ ਰਿਸਪੈਕਟ ਮੰਗਦੇ ਆ ਲਵ ਮੰਗਦੇ ਆ ਆਨਰ ਮੰਗਦੇ ਆ ਮੇਰੀ ਪਤਨੀ ਵੀ ਇਸੇ ਤਰ੍ਹਾਂ ਮੰਗਦੀ ਆ ਐਂਡ ਆਈ ਥਿੰਕ ਇਹ ਸਿਸਟਰ ਨੂੰ ਇਕੱਲੇ ਨੂੰ ਕਹਿਣ ਦੇ ਨਾਲ ਉਹਨਾਂ ਨੇ ਆਪੇ ਮਾਤਾ ਨੂੰ ਵੀ ਸਮਝਾ ਦੇਣਾ ਫਿਰ ਬਟ ਹੀ ਹੈਜ਼ ਟੂ ਸਟੈਂਡ ਔਨ ਹਿਸ ਫੀਟ ਕਿ ਮੈਂ ਸਾਰੇ ਰਿਲੇਸ਼ਨਸ਼ਿਪ ਜਿਹੜੇ ਹੈਗੇ ਆ ਉਹਨਾਂ ਨੂੰ ਆਨਰ ਕਰਨਾ ਔਰ ਪਤਨੀ ਦਾ ਰਿਲੇਸ਼ਨਸ਼ਿਪ ਵੀ ਆਨਰ ਹੋਣਾ ਚਾਹੀਦਾ ਸੋ ਵਾਂਸ ਹੀ ਹੈਜ਼ ਦੈਟ ਕਲੈਰਿਟੀ ਦੈਨ ਓਪਨ ਕਮਿਊਨੀਕੇਸ਼ਨ ਰੱਖਣ ਸਾਰਿਆਂ ਨਾਲ ਉਹਦੇ ਨਾਲ ਹੀ ਇਹ ਆਪ ਅੰਦਰਲੇ ਪਾਸੇ ਇਹਨਾਂ ਨੂੰ ਸ਼ਾਂਤੀ ਹੋਊਗੀ ਉਹਦੇ ਨਾਲ ਘਰ ਦੇ ਵਿੱਚ ਸ਼ਾਂਤੀ ਆਏਗੀ ਅਗਰ ਇਹਨਾਂ ਦੇ ਅੰਦਰ ਆਪਣੇ ਸ਼ਾਂਤੀ ਨਹੀਂ ਹੈ ਕਿਸੇ ਵੀ ਰੀਜ਼ਨ ਕਰਕੇ then he cannot create the peace around him right nahi bahut vadhiya you said it right aur thank you so much kyunki ek ehi cheez hai ki clarity hona bada zaruri hai kyunki otherwise assi aap hi clear nahi hunde ki hai enu khush kar la ya ede naal enu khush kar la koi consistency nahi hundi that causes a lot of confusion among others also te tode andar vi let me take a short quick break don't go anywhere ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਬਾਉਂਡਰੀਜ਼ ਦੀ ਕਿਸੇ ਵੀ ਰਿਲੇਸ਼ਨਸ਼ਿਪ ਦੀ ਸਕਸੈਸ ਮੈਨੂੰ ਲੱਗਦਾ ਹੈ ਬਹੁਤ ਜ਼ਰੂਰੀ ਹੈ ਜਿੰਨਾ ਮਰਜ਼ੀ ਇੰਟੀਮੇਟ ਰਿਲੇਸ਼ਨਸ਼ਿਪ ਹੋਏ ਫੈਮਲੀ ਸਟਰਕਚਰ ਹੋਏ ਫਰੈਂਡਸ਼ਿਪ ਹੋਏ ਬਾਉਂਡਰੀਜ਼ ਬੜੀਆਂ ਇੰਪੋਰਟੈਂਟ ਹੈ ਕਿ ਕਲੀਅਰ ਹੋਣ ਸੋ ਇਹਦੇ ਵਿੱਚ ਖਾਸ ਤੌਰ 'ਤੇ ਜਿੱਥੇ ਕਿ ਮਾਂ ਪਿਓ ਵੀ ਇੰਪੋਰਟੈਂਟ ਨੇ ਵਾਈਫ ਵੀ ਇੰਪੋਰਟੈਂਟ ਹੈ ਹੋਣ ਵਾਲਾ ਬੱਚਾ ਵੀ ਇੰਪੋਰਟੈਂਟ ਹੈ ਪਰ ਬਾਉਂਡਰੀਜ਼ ਬੜੀ ਇੰਪੋਰਟੈਂਟ ਹੈ ਕਿ ਕੌਣ ਕਿਹਦੇ ਹੱਕ ਲੈ ਸਕਦਾ ਹੈ ਜਾਂ ਕੌਣ ਕਿਹਦੇ 'ਤੇ ਹਾਵੀ ਹੋ ਸਕਦਾ ਹੈ ਉਹ ਕਲੈਰਿਟੀ ਹੋਣਾ ਬੜਾ ਜ਼ਰੂਰੀ ਹੈ ਕਿਹਦਾ ਕੀ ਹੱਕ ਹੈ ਜਿਵੇਂ ਉਹ ਕਹਿੰਦੇ ਨੇ ਕਿ ਹਾਂ ਆਏ ਤਾਂ ਕਿਸੇ ਦਾ ਕਹਿਣਾ ਵੀ ਹਾਂਜੀ ਆਏ ਤਾਂ ਉਹਨਾਂ ਨੂੰ ਬੁਰਾ ਲੱਗ ਜਾਏਗਾ ਇਸ ਪਿੱਛੇ ਬੈਠ ਜਾਓ ਕਿਹੜੀ ਕਿਹੜੀ ਚੀਜ਼ ਦਾ ਬੁਰਾ ਲੱਗੇਗਾ ਕਿਵੇਂ ਤੁਹਾਨੂੰ ਪਤਾ ਲੱਗੇਗਾ ਇਸ ਪਿੱਛੇ ਸੁਦਰਸ਼ਨ ਜੀ ਦੀ ਯੂ ਨੋ ਕਿ ਆਪ ਉਹਨਾਂ ਨੇ ਉਹ ਰੋਜ਼ ਦੀ ਉਹਨਾਂ ਦੀ ਜ਼ਿੰਦਗੀ ਦੀ ਤੋਂ ਮੈਨੂੰ ਲੱਗਦਾ ਉਹ ਗੱਲ ਬਾਹਰ ਆਈ ਹੈ ਕਿਉਂਕਿ ਸ਼ੀ ਹੈਜ਼ ਡੋਟਰ ਫਰੋਮ ਦਾ ਅਦਰ ਇੰਟਰਫੇਥ ਉਹ ਉਹਨਾਂ ਦੇ ਬੇਟੇ ਨੇ ਕਰਾਈ ਹੋਈ ਹੈ ਸੋ ਕਿ ਦ ਬੈਸਟ ਵੇ ਇਜ਼ ਟੂ ਲੈਟ ਲਿਵ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦਿਉ ਉਹਦੇ 'ਚ ਹੀ ਖੂਬਸੂਰਤੀ ਹੋਣ ਫਿਰ ਆਪਣੇ ਆਪ ਹੀ ਉਹ ਪਿਆਰ ਨਾਲ ਕਿਰੋਸਟੀ ਨਾਲ ਜਿਵੇਂ ਕਹਿ ਰਹੇ ਨੇ ਸੋ ਹੋਰ ਵੀ ਮੈਂ ਕੁਇਕਲੀ ਕਾਲਸ ਲੈ ਲੈਂਦੀ ਹਾਂ ਕਿਉਂਕਿ ਮੇਰੇ ਕੋਲ ਇੱਕ ਬੜੀ ਇੰਪੋਰਟੈਂਟ ਅਨਾਊਂਸਮੈਂਟ ਹੈ ਕੱਲ੍ਹ ਵਾਸਤੇ ਸੋ ਡੋਂਟ ਗੋ ਐਨੀਵੇਅਰ ਲੈਟ ਮੀ ਟੇਕ ਕੁਇਕ ਕਾਲਸ ਹੈਲੋ
हां जी की कहंदे हो, की कहंदे हो जी, कौन बोल रहे हो? ससिकाल, मैं रानी बोल रही हूं। हां जी रानी, दसो की कहंदे हो? ए अरविंद जी, सब तो पहली गल ते है कि ए बच्चा ए अपने मां-बाप दे घर विच रहंदा है कि जां एदे घर विच इनर एदे मम्मी डैडी रहंदे है? जिस घर च जमया पलिया है मां प्यो दे नाल आ गया है, क्योंकि मदर बीमार सी, इन्होंने व्याह करके अलग लिया सी, बट देन दे केम बैक। होनी चाहिए कि देखो अपना मम्मी डैडी जे उन्होंने तो सोचना चाहिए वा कि मेरा बच्चा जे अपने बच्चे नाल प्यार कर दे आ, उन्हों सही रखना चाहते आ, तो फिर उन्होंने मतलब कि ओदी साइड लेनी चाहिए है। वो जनानी कुड़ी तो कुड़ी है ना, फिर वो चाहे वह किसी भी ले, मेरी अपनी नू मेरा एक ही बेटा वा, कोई मेरी धी नी, कोई होर कुछ नी है, मेरी अपनी मेरी नू स्पेनिश मम्मी डैडी ने कली कली आ, मैनू तो कदी मैं कदी मैनू पता ही नहीं लग्या है भी वो कौन आ, किदा है, जे है वो, कदी कोई गल साडे घर हो ही नहीं आ। मेरे एक फ्रेंड ने उन्हां दी वो नू चाइनीज वा, ਉਹਨਾਂ ਦੇ ਵੀ ਘਰ ਚ ਬੱਚੇ ਆ, ਸਭ ਕੁਛ ਆ, ਐਨ ਵਧੀਆ ਰਹਿੰਦੇ ਆ, ਕਿਉਂ ਪ੍ਰੋਬਲਮ ਇਹ ਆਉਂਦੀ ਆ ਜੀ? ਜੇ ਤੁਸੀਂ ਇੰਟਰਫੇਰ ਕਰਦੇ ਹੋ ਨਾ, ਆਹ ਕਿਉਂ ਕੀਤਾ, ਉਹ ਕਿਉਂ ਗਿਆ, ਇਹ ਕਿਉਂ ਕੀਤਾ, ਇਹ ਕਿਉਂ ਕੀਤਾ, ਭੈਣ ਨੂੰ ਵੀ ਭਰਾ ਚਾਹੀਦਾ, ਭਰਾ ਨੂੰ ਵੀ ਭੈਣ ਚਾਹੀਦੀ ਆ, ਮਾਂ ਨੂੰ ਵੀ ਪੁੱਤ ਜ਼ਰੂਰੀ ਆ, ਕਿਉਂਕਿ ਇੱਕੋ ਇੱਕ ਬੇਟਾ ਉਹਨੂੰ ਚਾਹੀਦਾ ਕਿ ਮੇਰਾ ਬੇਟਾ ਮੇਰੇ ਸਾਹਮਣੇ ਰਵੇ, ਮੇਰਾ ਬੇਟੇ ਨੂੰ ਜੇ ਖੁਸ਼ੀ ਮਿਲਦੀ ਆ, ਜੇ ਉਹ ਖੁਸ਼ ਆ, ਜੇ ਉਹਨੂੰ ਬੱਚੇ ਨੂੰ ਤੁਸੀਂ ਉਹਨੂੰ ਕਰੋਗੇ ਤੇ ਉਹ ਡਿਪਰੈਸ਼ਨ ਚ ਵੀ ਜਾ ਸਕਦਾ, ਉਹ ਕੁਛ ਵੀ ਕਰ ਸਕਦਾ, ਤੁਸੀਂ ਉਹਨੂੰ ਸਹੀ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਮਤਲਬ ਉਹਨੂੰ ਖੁਸ਼ ਰੱਖਣ ਵਾਸਤੇ ਕੁਛ ਨਾ ਕੁਛ ਕਰਨਾ ਪਏਗਾ। ਬਹੁਤ ਵਧੀਆ ਜੀ, ਥੈਂਕ ਯੂ, ਤੁਸੀਂ ਆਪਣਾ ਸ਼ੇਅਰ ਕਰ ਰਹੇ ਹੋ, ਬਿਊਟੀਫੁਲ। ਮੈਂ ਕਦੀ ਬਿਲਕੁਲ, ਕਿਉਂਕਿ ਉਹ ਖੁਸ਼ੀ ਵਾਪਿਸ ਤੁਹਾਡੇ ਕੋਲ ਹੀ ਆਣੀ ਹੈ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦੱਸੋ ਕੀ ਕਹਿੰਦੇ ਹੋ? ਗਿਆਨ ਸਿੰਘ ਜੀ, ਮੈਂ ਤਾਂ ਛੋਟੀ ਗੱਲ ਨਵੇੜ ਦਊਗਾ, ਬਹੁਤਾ ਸਿਆਣਾ ਨੇ ਉਹ, ਇਹ ਆ ਕਿ ਪਹਿਲੀ ਤਾਂ ਗੱਲ ਜਿਹੜੀ ਨੀ, ਲੜਕੇ ਦੀ ਭੈਣ ਆ ਜਾਂ ਉਹਨਾਂ ਦੀ ਧੀ ਆ ਮਾਪਿਆਂ ਦੀ, ਉਹਦੀ ਦਖਲ ਅੰਦਾਜ਼ੀ ਨਹੀਂ ਘਰ ਵਿੱਚ ਚਾਹੀਦੀ। ਠੀਕ ਹੈ, ਜਦ ਤੱਕ ਉਹ ਦਖਲ ਅੰਦਾਜ਼ੀ ਕਰੂਗੀ ਘਰ ਵਸਣਾ ਔਖਾ ਹੋ ਜਾਂਦਾ ਜੀ। ਜੇ ਉਹ ਇੱਕ ਪਾਸੇ ਹੋ ਜਾਵੇ, ਪ੍ਰਾਹੁਣੀ ਬਣ ਕੇ ਆਵੇ, ਪ੍ਰਾਹੁਣਾ ਬਣ ਕੇ ਆਵੇ, ਹਸਬੈਂਡ ਪਿਆਰ ਕਰੇ, ਬਸ ਪ੍ਰਾਹੁਣਚਾਰੀ ਰੱਖੇ, ਘਰ ਚ ਦਖਲ ਨਾ ਦੇਵੇ, ਤੇ ਉਹ ਬਹੁਤ ਖੁਸ਼ਹਾਲ ਹੋ ਸਕਦਾ। ਇੱਕ ਤਾਂ ਮਾਪੇ ਨੂੰ ਚਾਹੀਦਾ ਹੁਣ ਦੇਵੇ। ਮੈਂ ਆਪਣੀ ਗੱਲ ਨਿੱਕੀ ਜਿਹੀ ਕਰ ਦਿੰਦਾ, ਮੇਰੀਆਂ ਚਾਰ ਲੜਕੀਆਂ, ਇੱਕੋ ਲੜਕਾ ਸੀ, ਮੇਰੀ ਕੋਈ ਲੜਕੀ ਮੇਰੇ ਘਰ ਦਖਲ ਨਹੀਂ ਦੇ ਸਕਦੀ, ਜੋ ਮਰਜ਼ੀ ਅਸੀਂ ਆਪੋ ਵਿੱਚ ਹੀ ਵੱਧ ਘੱਟ ਕਰੀਏ ਨਾ ਕਰੀਏ, ਉਹਨਾਂ ਦਾ ਹੱਕ ਨਹੀਂ ਕੋਈ ਦਖਲ ਦੇਣ ਦਾ। ਜਾਂ ਵਿਆਹ ਗਈਆਂ, ਆਪਣੇ ਘਰ ਚੱਲ ਗਈਆਂ, ਉਹ ਜਿਹੜੀ ਭੈਣ ਦਖਲ ਦੇ ਰਹੀ ਆ ਉਹ ਵੱਡੀ ਫਸਾਦ ਹੈ। ਠੀਕ ਹੈ, ਜੇ ਉਹ ਮਾਪੇ ਸਿਆਣੇ ਹੋਣ ਤੇ ਉਹਨੂੰ ਕਹੇ ਨਹੀਂ ਬਈ ਤੂੰ ਆਪਣੇ ਘਰ ਜਿੱਦਾਂ ਵੀ ਹੈ ਚੱਲ, ਆਪਣਾ ਘਰ ਸਾਡੇ ਘਰ ਦਖਲ ਨਾ, ਫਿਰ ਰਹਿ ਗਿਆ ਜੇ ਲੜਕੀ ਆ ਗਈ ਆ ਉਹਦਾ ਕਲਚਰ ਵੱਖਰਾ ਆ, ਤੇ ਲੜਕੀ ਨੂੰ ਵੀ ਥੋੜਾ ਸੋਚਣਾ ਚਾਹੀਦਾ ਵੀ ਮੈਂ ਹੁਣ ਇਸ ਘਰ ਚ ਆਈ ਆ, ਆਪਣਾ ਕਲਚਰ ਚੇਂਜ ਕਰਾਂ, ਥੋੜਾ ਬਹੁਤ ਮਾਪੇ ਨੂੰ ਖੁਸ਼ ਰੱਖਾਂ। ਸਾਰਿਆਂ ਦੀ ਐਡਜਸਟਮੈਂਟ, ਹਾਂਜੀ ਬਿਲਕੁਲ, ਹਾਂ ਮਾਪੇ ਨੂੰ ਖੁਸ਼ ਰੱਖਣਾ। ਹੁਣ ਕਿੰਨੀ ਕੁ ਦੇਖਦੇ ਮਾਪਿਆਂ ਦੀ ਉਮਰ ਹੈ ਵੀ ਜਿੰਨੀ ਹੈਗੀ ਆ, ਉਹ ਦੁਖੀ ਨਾ ਕਰਾਂ ਮੈਂ ਧੀਆਂ ਨੂੰ। ਉਸ ਲੜਕੀ ਜਿਹੜੀ ਆਈ ਆ ਉਹਨੂੰ ਸੋਚ ਚਾਹੀਦੀ ਆ ਵੀ ਮੈਂ ਬਦਲਾਂ ਆਪਣੇ ਆਪ ਨੂੰ, ਮੈਂ ਆਪਣਾ ਕਲਚਰ ਨਾ ਇੱਥੇ ਜਵਾਵਾਂ, ਕਿਉਂਕਿ ਲੜਕੀ ਜਿਸ ਘਰ ਚ ਆ ਜਾਂਦੀ ਹੈ ਉਹਦਾ ਉਹ ਕਲਚਰ ਹੁੰਦਾ, ਹੌਲੀ ਹੌਲੀ ਉਹ ਬਦਲੇ ਤੇ ਮਾਪੇ ਵੀ ਖੁਸ਼ ਹੋ ਜਾਣਗੇ, ਬਿਲਕੁਲ ਸੈੱਟ ਹੋ ਜਾਣਗੇ। ਮਾਪਿਆਂ ਨੂੰ ਹੋਰ ਕੀ ਚਾਹੀਦਾ, ਕਿਹੜਾ ਕੋਈ ਦੂਜੀ ਹੋਰ ਨੋ ਹੋਣੀ ਹੈ ਨਾ। ਥੈਂਕ ਯੂ ਗਿਆਨ ਸਿੰਘ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਬਿਲਕੁਲ ਸਾਨੂੰ ਤੁਹਾਡਾ ਪੁਆਇੰਟ ਬਿਲਕੁਲ ਮਿਲ ਗਿਆ ਹੈ ਕਿ ਉਹ ਥੋੜ੍ਹੀ ਥੋੜ੍ਹੀ ਐਡਜਸਟਮੈਂਟ ਸਾਰਿਆਂ ਨੂੰ ਚਾਹੀਦੀ ਹੈ। ਮੈਂ ਕੁਇਕਲੀ 30 ਸੈਕਿੰਡਸ ਦੀ ਇਹਨਾਂ ਨੂੰ ਵੀ ਕਾਲ ਲੈ ਲੈਂਦੀ ਹਾਂ। ਹੈਲੋ ਹੈਲੋ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਗੁਰਦੀਪ ਜੀ, 30 ਸੈਕਿੰਡਸ ਹੈ ਤੁਹਾਡੇ ਕੋਲ, ਦੱਸੋ। ਓਕੇ ਜੀ, ਕ੍ਰੋਧ ਔਰ ਤਨਾਵ ਨਾਲ ਕਦੇ ਕੋਈ ਬਾਤ ਨਹੀਂ ਬਣਦੀ, ਪਰ ਪ੍ਰੇਮ ਨਾਲ ਵਿਗੜੀ ਹੋਈ ਬਾਤ ਵੀ ਬਣ ਜਾਂਦੀ ਹੈ, ਇਹ ਸੱਚਾਈ ਹੈ। ਬਿਲਕੁਲ ਬਿਲਕੁਲ, ਪਹਿਲਾਂ ਪ੍ਰੇਮ ਨਾਲ ਹੀ ਸਮਝਾਓ, ਕੰਮ ਪ੍ਰੇਮ ਨਾਲ ਹੀ ਬਣਨਾ ਹੈ। ਪ੍ਰੇਮ ਦੀ ਭਾਸ਼ਾ ਤਾਂ ਜਾਨਵਰ ਵੀ ਸਮਝਦੇ ਆ, ਕੁੱਤੇ ਉੱਤੇ ਹੱਥ ਫੇਰ ਕੇ ਦੇਖਣਾ ਜੀ ਜੀ, ਕੁੱਤਾ ਕਿਵੇਂ ਦੋ ਮਹਲਾਏਗਾ। ਪਰਿਵਾਰ ਵਿੱਚ ਸਭ ਦੀ ਆਦਤ ਅਲੱਗ ਅਲੱਗ ਹੁੰਦੀ ਹੈ, ਔਕਾਤ ਅਲੱਗ ਅਲੱਗ ਹੁੰਦੀ ਹੈ, ਕਮਾਈ ਘੱਟ ਵੱਧ ਹੁੰਦੀ ਹੈ, ਪਰ ਸਭ ਦੀ ਕੁੱਲ ਇੱਕ ਹੀ ਹੈ, ਜਾਤ ਇੱਕ ਹੀ ਹੈ, ਦੁੱਧ ਦਹੀਂ ਲੱਸੀ ਮੱਖਣ ਘਿਓ ਸਭ ਦੀ ਕੁੱਲ ਇੱਕ ਹੀ ਹੈ।
ਪਰ ਫਿਰ ਵੀ ਸਭ ਦੀ ਕੀਮਤ ਅਲੱਗ ਅਲੱਗ ਹੈ। ਪਰਿਵਾਰ ਵੀ ਇੰਜ ਹੀ ਹੁੰਦਾ ਹੈ, ਬਹੁਤ ਵਧੀਆ, ਸਾਰੀਆਂ ਚੀਜ਼ਾਂ ਮਿਲਾ ਕੇ ਰਸੋਈ ਦਾ ਸ਼ਿੰਗਾਰ ਬਣਦੀਆਂ ਨੇ। ਥੈਂਕ ਯੂ ਸੋ ਮਚ ਗੁਰਦੀਪ ਜੀ। ਮਤਲਬ ਕਹਿਣ ਦਾ ਇਹੀ ਹੈ, ਸ਼ਾਰਟ ਤੇ ਬਿਲਕੁਲ ਨਹੀਂ ਹੈ ਕਿ ਸਾਰਿਆਂ ਨੂੰ ਐਮਪੀਏ ਅਹਿਮੀਅਤ ਦੇਣੀ ਹੈ ਜੀ, ਔਰ ਪਿਆਰ ਨਾਲ ਹੀ ਸਮਝਾਉਣਾ ਹੈ ਗੱਲ। ਐਬਸੋਲੂਟਲੀ, ਥੈਂਕ ਯੂ ਸੋ ਮਚ ਗੁਰਦੀਪ ਜੀ, ਬਿਲਕੁਲ ਪਿਆਰ ਹੀ ਆਨਸਰ ਹੈ ਵਾਕਈ। ਮਤਲਬ ਛੋਟੀਆਂ ਛੋਟੀਆਂ ਗੱਲਾਂ ਤੋਂ ਉੱਪਰ ਉੱਠੀਏ, ਪਿਆਰ ਅਗਰ ਦਾਂਗੇ ਵਾਪਸ ਤੁਹਾਡੇ ਕੋਲ ਹੀ ਆਉਣਾ, ਦੈਟ ਇਜ਼ ਫੋਰ ਸ਼ੋਰ, ਹੋਰ ਕੋਈ ਇਹਦਾ ਆਨਸਰ ਹੀ ਨਹੀਂ ਹੈ। ਪਿਆਰ ਨਾਲ ਰਵੋ ਸਾਰੇ। ਐਂਡ ਜਿਹੜਾ ਮੁੰਡਾ ਸਾਨੂੰ ਪੁੱਛ ਰਿਹਾ, ਉਹਨੂੰ ਇਹ ਵੀ ਕਹਾਂਗੇ ਕਿ ਥੋੜ੍ਹੇ ਫਰੈਂਡਸ ਵਗੈਰਾ ਦੇ ਵਿੱਚ ਵੀ ਨਾ ਉਸ ਕੁੜੀ ਨੂੰ ਵੀ। ਇਸ ਤੋਂ ਇਹ ਗੱਲ ਯਾਦ ਆਈ, ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਸਭ ਕੋਲ ਪਹੁੰਚ ਗਈਆਂ ਮੈਨੂੰ ਲੱਗਦਾ, ਪਰ ਕੱਲ੍ਹ ਵਾਸਤੇ ਮੈਂ ਜ਼ਰੂਰ ਦੱਸਾਂ ਕਿ ਗਰਲਫਰੈਂਡਸ, ਯੂ ਨੋ, ਇੱਕ ਮਿੱਤਰਤਾ, ਇੱਕ, ਮੈਨੂੰ ਨਹੀਂ ਪਤਾ ਮੁੰਡਿਆਂ ਦੇ ਵਿੱਚ ਵੀ, ਆਦਮੀਆਂ ਦੇ ਵਿੱਚ ਵੀ ਹੋਣਾ ਕਿ ਆਪਣੇ ਦੋਸਤਾਂ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦਾ ਤੁਹਾਡਾ ਇੱਕ ਯੂ ਨੋ ਪਿਆਰ ਬਣਿਆ ਹੁੰਦਾ, ਔਰ ਉਹਦਾ ਹੀ ਕੰਟਰੀਬਿਊਸ਼ਨ ਤੁਹਾਡੀ ਲਾਈਫ ਦੇ ਵਿੱਚ ਇੱਕ ਹੋਰ ਹੈ। ਪਰ ਬੀਇੰਗ ਅ ਗਰਲ, ਬੀਇੰਗ ਅ ਲੇਡੀ ਵਿਮਨ, ਆਈ ਰੀਅਲੀ ਫੀਲ ਕਿ ਸਾਡੀ ਜ਼ਿੰਦਗੀ ਦੇ ਵਿੱਚ ਗਰਲਫਰੈਂਡਸ ਦਾ ਬਹੁਤ ਹੀ ਵੱਡਾ ਹੱਥ ਹੁੰਦਾ। ਐਂਡ ਖਾਸ ਤੌਰ 'ਤੇ ਇਹ ਗੱਲਬਾਤ ਨੇ ਵੀ ਮੈਨੂੰ ਬਹੁਤ ਦੋਸਤ ਦਿੱਤੇ ਹੈ, ਬਹੁਤ ਫਰੈਂਡਸ ਦਿੱਤੀਆਂ, ਯੂ ਨੋ, ਹਰ ਏਜ ਦੇ ਵਿੱਚ, ਪਰ ਉਹ ਕਿਹੜਾ ਕਿਸ ਵੇਲੇ ਮੈਨੂੰ ਕੰਮ ਆ ਜਾਂਦਾ ਇਹ ਸਾਰੇ ਤੁਹਾਨੂੰ ਪਤਾ ਹੈ ਕਿ ਇਟਸ ਸੋ ਗੁੱਡ ਕਿ ਇੰਨੇ ਫਰੈਂਡਸ ਮਿਲੇ ਆ ਮੈਨੂੰ ਇਸ ਪਰਿਵਾਰ ਤੋਂ। ਬਟ ਸਮ ਹਾਓ ਇੱਕ ਫਰੈਂਡ ਹੁੰਦੇ ਆ ਜਿਹੜੇ ਕਿ ਸ਼ਾਇਦ ਬਚਪਨ ਤੋਂ ਚੱਲਦੇ ਆ ਰਹੇ ਹੋਣ, ਔਰ ਮੈਂ ਬਹੁਤ ਇੱਕ ਐਕਸਾਈਟਡ ਹਾਂ ਕਿ ਕੱਲ੍ਹ ਮੈਂ ਇੱਕ ਆਪਣੀ ਐਸੀ ਫਰੈਂਡ ਲੈ ਕੇ ਆ ਰਹੀ ਹਾਂ ਆਪਣੇ ਪਰਿਵਾਰ ਵਾਸਤੇ, ਸਾਰਿਆਂ ਨੂੰ ਮਿਲਾਉਣ ਵਾਸਤੇ, ਜਿਹੜੀ ਕਿ ਮੇਰੀ ਕਹਿ ਸਕਦੀ ਹੋ ਕਿ ਸਭ ਤੋਂ ਪੁਰਾਣੀ ਫਰੈਂਡ ਹੈ। ਸ਼ਾਇਦ ਅਸੀਂ ਸਕੂਲ ਇਕੱਠੇ ਜੁਆਇਨ ਕੀਤਾ, ਐਂਡ ਫੋਰਚੁਨੇਟਲੀ, ਰੱਬ ਦਾ ਬੜਾ ਸ਼ੁਕਰ ਹੈ ਕਿ ਹੁਣ ਤੱਕ ਅਸੀਂ ਨਾਲ ਹਾਂ, ਔਰ ਉਹਨੂੰ ਮੈਂ ਲੈ ਕੇ ਆਉਣਾ, ਔਰ ਤੁਹਾਨੂੰ ਸਾਰਿਆਂ ਨੂੰ ਉਹਨਾਂ ਨਾਲ ਮਿਲਾਉਣਾ ਹੈ। ਥੋੜ੍ਹਾ ਸਾਨੂੰ ਤੁਹਾਨੂੰ ਐਕਸਕਿਊਜ਼ ਕਰਨਾ ਪਏਗਾ, ਕਿਉਂਕਿ ਜਦੋਂ ਅਸੀਂ ਇਕੱਠੇ ਜਾਂਦੇ ਹਾਂ ਨਾ ਕਿਤੇ ਪਰਿਵਾਰ ਨਾਲ ਵੀ, ਸਾਡੇ ਬੱਚੇ ਵੀ ਸਾਨੂੰ ਡਿਸਓਨ ਕਰ ਦਿੰਦੇ ਆ, ਕਿਉਂਕਿ ਅਸੀਂ ਜਦੋਂ ਇਕੱਠੀਆਂ ਹੁੰਦੀਆਂ ਅਸੀਂ ਥੋੜ੍ਹੀਆਂ ਕਰੇਜ਼ੀ ਜਿਹਾ ਹੋ ਜਾਂਦੀਆਂ। ਸੋ ਉਹ ਤੁਹਾਨੂੰ ਥੋੜ੍ਹਾ ਸਾਨੂੰ ਐਕਸਕਿਊਜ਼ ਕਰਨਾ ਪਏਗਾ, ਪਰ ਮਜ਼ਾ ਆਏਗਾ। ਤੁਸੀਂ ਵੀ ਮੈਨੂੰ ਜ਼ਰੂਰ ਉਸ ਵੇਲੇ ਦੱਸਿਓ ਕਿ ਤੁਹਾਡੀ ਕੋਈ ਐਸੀ ਸਹੇਲੀਆਂ ਹੈ ਜਿਹੜੀਆਂ ਕਿ ਤੁਸੀਂ ਯਾਦ ਵੀ ਕਰਦੇ ਹੋ ਅਤੇ ਉਹਨਾਂ ਨਾਲ ਨਾਤਾ ਰੱਖਿਆ ਵੀ ਹੋਇਆ, ਔਰ ਕਈ ਵਾਰੀ ਮਿਸ ਵੀ ਕਰਦੇ ਹੋ। ਕੱਲ੍ਹ ਬਿਲਕੁਲ ਨਾ ਛੋੜਿਓ, ਟਿਊਨ ਇਨ ਟੁਮੋਰੋ ਫੋਰ ਦਿਸ, ਐਂਡ ਅੱਜ ਵਾਸਤੇ ਇੰਨਾ ਹੀ। ਸਤਿ ਸ਼੍ਰੀ ਅਕਾਲ।